ਤੇ ਅੰਦੇ ਐਵੇਂ ਕਰ ਲੋ ਜੋ ਵੀ ਸਿਸਟਮ ਤੁਹਾਡਾ ਕੰਪਰਮਾਈਜ਼ ਇਨ 올 दैट ਤੇ ਤੂੰ ਹੀ ਵਧੀਆ ਮਤਲਬ ਤੁਹਾਡਾ ਹੋ ਜਾਊਗਾ ਇਦਾਂ ਮੈਂ ਕਿਹਾ ਭਰਾ ਸਭ ਨਹੀਂ ਹੋਣਾ ਲਿਟਰਲੀ ਮੇਰੀ ਆਹੀ ਵਰਡਿੰਗ ਸੀ ਐਂ ਬੋਲਿਆ ਉਹ ਹਿੰਦੀ ਚ ਗੱਲ ਕਰ ਰਹੀ ਤੇ ਮੈਂ ਪੰਜਾਬੀ ਚ ਆ ਗਈ ਮੈਂ ਕਿਹਾ ਭਰਾ ਇਹ ਸਭ ਨਹੀਂ ਹੋਣਾ ਮੈਂ ਵਧੀਆ ਕਰਦੇ ਜਿਹੜੇ ਕੁੜੀਆਂ ਹੁੰਦੀਆਂ ਨਾ ਉਹ ਮੇਰੇ ਪਿੱਛੇ ਪੈ ਗਿਆ ਕਾਫੀ ਦਿਨੋਂ ਤੁਹਾਨੂੰ ਮੈਨੂੰ ਮੈਸੇजेस ਕੀਤੇ ਐਂਡ 올 दैट ਉਹਨੂੰ ਇਹੀ ਕਿ ਕਰ ਲੈ ਕਰ ਲੈ ਮੈਂ ਇਧਰ ਤੇ ਤੂੰ ਭੁੱਲੀ ਜਾ ਨਾ ਮੈਨੂੰ ਬਲੌਕ ਹੀ ਕਰ ਤਾ ਜਦੋਂ ਤੱਕ ਤੇ ਮੈਂ ਸੈੱਟ ਤੇ ਜਾ ਕੇ ਜਸਟ ਇੱਕ ਡਾਲ ਵਾਂਗੂ ਓਕੇ ਪਪੇਟ ਵਾਂਗੂ ਲਾ ਲਓ ਕਿ ਬਸ ਐਵੇਂ ਕੀਤਾ ਓਕੇ ਡਨ ਜੀ ਹਾਂ ਹਾਂ ਹਾਂਜੀ ਸਰ ਆਪ ਆ ਲੈਣੇ ਆਕਰ ਉਦੋਂ ਤੱਕ ਮੈਂ ਠੀਕ ਸੀ ਨਹੀਂ ਸਰ ਆਜ ਇਹਨਾ ਪਾਇਆ ਨਹੀਂ ਇਹ ਚੀਜ਼ ਇਦਾਂ ਜੇ ਬੈਟਰ ਹੋਗੀ ਅਵੇ ਲੰਦਾ ਅੱਛਾ ਹੁਣ ਤੁਹਾਨੂੰ ਦੱਸੇਗੀ ਹੁਣ ਤੁਹਾਨੂੰ ਜ਼ਬਾਨ ਲੱਗ ਗਈ ਹਾਂ ਕਿ ਉਹ ਹੋ ਹਾਂ ਚਾਰ ਗਾਣੇ ਕਰ ਲੈਣਾ ਫਿਲਮਾਂ ਆਉਂਦੀਆਂ ਇੱਥੇ ਮੈਨੂੰ ਡਾਇਰੈਕਟਰਾਂ ਦੀ ਗਲਤੀ ਨਹੀਂ ਲੱਗਦੀ ਮੈਂ ਤੁਹਾਨੂੰ ਐਵੇਂ ਕਹਾਂ ਮੈਨੂੰ ਨਾ ਕੁੜੀਆਂ ਦੀ ਗਲਤੀ ਲੱਗਦੀ ਹੈ ਰੀਜ਼ਨ ਪੁੱਛੋ ਤੁਹਾਨੂੰ ਯਾਰ ਪੈਸੇ ਦੋ ਅਹੀਂ ਕਰ ਜਾਣਾ ਬਸ ਕਿ ਸਿਰਫ ਜਸਟ ਇੱਕ ਹੁੰਦਾ ਨਾ ਕਿ ਦਿਹਾੜੀ ਪਾਉਣ ਆਉਣਾ ਤੇ ਬਸ ਉਹ ਚੱਲ ਜਾਣਾ ਕੁੜੀਆਂ ਦੇ ਆਪ ਪੁਆਏ ਹੋਏ ਪਾੜੇ ਪੁਆੜੇ ਨਹੀਂ ਆ ਸਾਰਾ ਕੁਝ ਕਿ ਉਹ ਕਦੀ ਬੋਲੀਆਂ ਹੀ ਨਹੀਂ ਮਤਲਬ ਪਤਾ ਨਹੀਂ ਕੀ ਉਹਨਾਂ ਨੂੰ ਕਿ ਅੱਛਾ ਜੇ ਪੈਸੇ ਦੀ ਡਿਮਾਂਡ ਕਰ ਲਓ

ਅੱਦਿਸ ਜਾਲਿਸਟ ਮੇਰੀ ਬਲੌਕ ਲਿਸਟ ਨਾ ਪੜੀ ਹੋਈ ਹੈ ਨੀ ਨਿਆਣ ਮੱਤ ਤੇ ਬਿਲਕੁਲ ਮੇਰੀ ਤੇ ਡਿਕਸ਼ਨਰੀ ਚ ਨਹੀਂ ਆਉਂਦੇ ਮਤਲਬ ਮੇਰੇ ਤੋਂ 10 ਸਾਲ ਵੱਡੇ ਵੀ ਚੱਲ ਜਾਣਗੇ ਪਰ ਸਿਆਣੇ ਹੋਣ ਲਾਈਕ ਆਪਣਾ ਹਾਂ ਤੇ ਮੈਨੂੰ ਬਿਲਕੁਲ ਨਹੀਂ ਪਸੰਦ 21 22 ਸਾਲ ਤੇ ਕੋਈ ਨਹੀਂ ਅਕਲ ਹੁੰਦੀ ਬਿਲਕੁਲ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਦਿਸ ਸਾਈਡ ਗੀਤ ਕਰਾਇਆ ਸਰਦਾਰਸ ਟੇਕ ਦਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਗੀਤ ਸਰਦਾਰਸ ਟੇਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਥੈਂਕ ਯੂ ਸੋ ਮੱਚ ਕੌਫੀ ਪੀ ਕੇ ਸੋ ਗੀਤਾਂ ਦੀ ਤੇ ਫਿਲਮਾਂ ਦੀ ਦੁਨੀ ਅੱਜ ਤੁਹਾਡਾ ਫੁੱਲ ਦਬਦਬਾ ਚੱਲ ਰਿਹਾ ਹੈ ਪਰ ਇਹ ਦੁਨੀਆ ਇਦਾਂ ਦੀ ਹੈ ਕਹਿੰਦੇ ਆ ਕਿ ਇੱਥੇ ਆਉਣ ਲਈ ਖੂਬਸੂਰਤ ਹੋਣਾ ਭੀੜ ਚੋਂ ਵੱਖਰੇ ਦਿਸਣਾ ਇਹ ਬੜਾ ਲਾਜ਼ਮੀ ਜਿਹਾ ਹੋ ਜਾਂਦਾ ਹੈ ਜ਼ਿੰਦਗੀ ਦਾ ਉਹ ਕਿਹੜਾ ਪਲ ਸੀ ਜਦੋਂ ਲੱਗਿਆ ਵੀ ਮੇਰੇ 'ਚ ਕੋਈ ਤਾਂ ਗੱਲਬਾਤ ਹੈ ਮੈਨੂੰ ਇੱਥੇ ਜਾਣਾ ਚਾਹੀਦਾ ਐਕਚੁਅਲੀ ਇਹਦਾ ਜਵਾਬ ਮੈਨੂੰ ਖੁਦ ਨੂੰ ਅੱਜ ਤੱਕ ਨਹੀਂ ਮਿਲਿਆ ਤੁਹਾਨੂੰ ਐਵੇਂ ਆਖਾਂ ਮੈਨੂੰ ਹੋਰਾਂ ਤੋਂ ਬਹੁਤ ਕੌਨਫੀਡੈਂਸ ਮਿਲਿਆ ਕਿ ਮੈਂ ਆਪਣੇ ਆਪ ਨੂੰ ਨਾ ਮੈਂ ਬਹੁਤ ਅੰਡਰਐਸਟੀਮੇਟ ਕਰਦੀ ਆ ਇਹ ਮੈਨੂੰ ਹੁਣ ਪਤਾ ਲੱਗਿਆ ਮੋਸਟਲੀ ਮੈਨੂੰ ਡਾਇਰੈਕਟਰਸ ਨੇ ਬਹੁਤ ਬੂਸਟ ਕੀਤਾ ਸ਼ੁਰੂ ਤੋਂ ਹੀ ਲਾਈਕ ਮੈਂ ਇੱਕ ਨਾਮ ਲਾਂਗੀ ਭਿੰਦਰ ਸਰ ਭਿੰਦਰ ਬੋਰਡਸ ਹਨਾ ਉਹਨਾਂ ਨੇ ਮੈਂ ਗਾਣਾ ਕੀਤਾ ਹੀ ਤੇ ਉਦੋਂ ਤੁਸੀਂ ਮੰਨੋ ਉਹ ਟਾਈਮ ਲਾਈਕ ਅੱਜ ਤੋਂ 2 ਸਾਲ ਪਿੱਛੇ ਜੇ ਆਪਾਂ ਜਾਈਏ 2.5 ਸਾਲ ਪਿੱਛੇ ਤੇ ਮੈਨੂੰ ਸਿੰਕ ਦਾ ਮਤਲਬ ਨਹੀਂ ਪਤਾ ਕੈਨ ਯੂ ਇਮੇਜਿਨ ਸਿੰਕ ਕਿੱਦਾਂ ਕੀ ਹੁੰਦੇ ਹਨਾ ਤੇ ਉਦੋਂ ਉਹਨਾਂ ਨੇ ਉਹ ਚੀਜ਼ ਦੇਖੀ ਹੀ ਤੇ ਆਂਦੇ ਤੂੰ ਬਹੁਤ ਅੱਗੇ ਜਾਏਂਗੀ ਤੇਰੇ ਤੇਰੇ ਸਿੰਕ ਬਹੁਤ ਸੋਹਣੇ ਨੇ ਤੇ ਮੈਂ ਲਿਟਰਲੀ ਆਸ ਲਾਈ ਕਿ ਇਹ ਹੁੰਦਾ ਕੀ ਆ ਹਨਾ ਤੇ ਉਸ ਤੋਂ ਬਾਅਦ ਚਲੋ ਕੰਮ ਕਰਦੇ ਕਰਦੇਗੇ ਤੇ ਲਾਈਕ ਐਪਰੀਸ਼ੀਏਸ਼ਨ ਉੱਥੇ ਹੀ ਮਿਲੀ ਉੱਥੇ ਹੀ ਬੂਸਟ ਬਣਿਆ ਹੂੰ ਫਿਰ ਮੈਂ ਕੋਈ ਤੇ ਗੱਲਬਾਤ ਹੈਗੀ ਏ ਜਿਹੜੇ ਲੋਕ ਇੰਨਾ ਆਉਂਦੇ ਨੇ ਹਨਾ ਕਿ ਤੂੰ ਵਧੀਆ ਕੰਮ ਕਰਦੀ ਤੇਰੀ ਐਕਸਪ੍ਰੈਸ਼ਨ ਸੋਹਣੇ ਨੇ ਜਾਂ ਤੇਰਾ ਜੋ ਵੀ ਹਨਾ ਹੂੰ ਕੌਨਫੀਡੈਂਸੀ ਲੈ ਆ ਬਾਕੀ ਤੇ ਹੋਰ ਮੈਨੂੰ ਐਡਾ ਕੋਈ ਇਦਾਂ ਲੱਗਦਾ ਨਹੀਂ ਹਾਂ ਡਾਂਸ ਮੈਨੂੰ ਐ ਲੱਗਦਾ ਹੈ ਕਿ ਮੈਂ ਸੋਣਾ ਕਰਦੀ ਆ ਤੇ ਬਸ ਪਤਾ ਨਹੀਂ ਕਿਵੇਂ ਹੋ ਗਿਆ ਸਭ ਕੁਝ ਤੁਸੀਂ ਦੱਸਦੇ ਹੁੰਦੇ ਹੋ ਵੀ ਮੈਂ ਘਰੇ ਬੈਠੀ ਸੀ ਇਨਸਟਾਗ੍ਰam ਤੇ ਇੱਕ ਮੈਸੇਜ ਆਇਆ ਉਦੋਂ ਬਾਅਦ ਕੰਮ ਲਈ ਸੀ ਤੇ ਫਿਰ ਮੈਂ ਇੱਥੇ ਆ ਗਈ ਮੋਹਾੜੀ ਉਦੋਂ ਕੋਈ ਡਰ ਨਹੀਂ ਲੱਗਿਆ ਕੋਈ ਬੇਚੈਨੀ ਵੀ ਤੁਹਾਨੂੰ ਪਤਾ ਨਹੀਂ ਹੈਗਾ ਵੀ ਦੁਨੀਆ ਕਿਵੇਂ ਦੀ ਹੈ ਸੋ ਉੱਥੇ ਜਾ ਕੇ ਕੁਝ ਵੀ ਹੋ ਸਕਦਾ ਸੀ ਸੋ ਕਿਸੇ ਤਰੀਕੇ ਦਾ ਡਰ ਸੀ ਉਸ ਟਾਈਮ ਤੇ ਐਕਚੁਅਲੀ ਡਰ ਤਾਂ ਨਹੀਂ ਸੀ ਮੇਰੇ ਪੇਰੈਂਟਸ ਬੜੇ ਸਪੋਰਟਿਵ ਸੀ ਜਦੋਂ ਮੈਂ ਉਹਨਾਂ ਨੂੰ ਆਖਿਆ ਨਾ ਕਿ ਮੰਮੀ ਆਪਾਂ ਨੂੰ ਸ਼ਿਫਟ ਹੋਣਾ ਪੈਣਾ ਲਾਈਕ ਯੂ نو ਜੇ ਕੰਮ ਕਰਨਾ ਹੈ ਪਤਾ ਨਹੀਂ ਮੇਰੇ ਦਿਮਾਗ 'ਚ ਇੱਕਦਮ ਸਟਕ ਇੱਕਦਮ ਚੀਜ਼ ਆ ਗਈ ਕਿ ਜੇ ਇੱਥੇ ਕੰਮ ਕਰਨਾ ਹੈ ਤੇ ਆਪਾਂ ਨੂੰ ਮਹਾਲੀ ਜਾਣਾ ਪਏਗਾ ਕੋਈ ਆਈਡੀਆ ਨਹੀਂ ਦੂਰ ਦੂਰ ਤੱਕ ਕੋਈ ਬੈਕਗ੍ਰਾਉਂਡ ਨਹੀਂ ਕੁਝ ਨਹੀਂ ਹਨਾ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮਮੀਆਂ ਨਾਲ ਠੀਕ ਆਪਦੇ ਪਾਪਾ ਨਾਲ ਗੱਲ ਕਰ ਲੈ ਮੈਂ ਹੈ ਤੂੰ ਹੀ ਕਰੋਗੇ ਮੈਂ ਸਿਰਫ ਤੁਹਾਨੂੰ ਕਹਿਣਾ ਤੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੂੰ ਕੋਈ ਹਾਂ ਉਹ ਥੋੜਾ ਸੀਗੇ ਕਿ ਕੋਈ ਜਾਣਦਾ ਨਹੀਂ ਹਨਾ ਕਿ ਕਿੱਦਾਂ ਹੋਊਗਾ ਸਾਰਾ ਕੁਝ ਮੈਂ ਕਿਹਾ ਫਿਰ ਉਹ ਗੱਲ ਆ ਗਈ ਮੈਂ ਮਹਿਗੀ ਆ ਨਾ ਮੈਂ ਕਰ ਲਾਂਗੀ ਤੈਨੂੰ ਚੱਲੋ ਤੇ ਬਸ ਆਕੇ ਲੱਗੇ ਤੇ ਆਪਾਂ ਆ ਗਏ ਸੋ ਕੀ ਉਹਨਾਂ ਦਾ ਕੰਮਕਾਰ ਉੱਥੇ ਕੀ ਸੀ ਉਸੇ ਦੇ ਛੱਡ ਕੇ ਸਾਰਾ ਇੱਥੇ ਆ ਕੇ ਨਹੀਂ ਨਹੀਂ ਐਕਚੁਅਲੀ ਉਹ ਹਜੇ ਵੀ ਉੱਥੇ ਹੀ ਨੇ ਅੱਛਾ ਮੰਮਾ ਰਹਿੰਦੇ ਨੇ ਤੇ ਜਦੋਂ ਬ੍ਰਦਰ ਰਹਿੰਦਾ ਨਾਲ ਹਨਾ ਤੇ ਪਾਪਾ ਹੋਣੀ ਤੇ ਉਹ ਉਹਨਾਂ ਦਾ ਤਾਂ ਸਾਰਾ ਉੱਥੇ ਸਿਸਟਮ ਆ ਤੇ ਉਹ ਉੱਥੇ ਹੀ ਰਹਿੰਦੇ ਨੇ ਪਰ ਕਦੇ-ਕਦੇ ਵੇਚ ਆ ਜਾਂਦੇ ਨੇ ਗੱਲ ਵਕਰੀ ਪਰ ਮੰਮੀ ਜ਼ਿਆਦਾ ਇੱਥੇ ਮੇਰੇ ਨਾਲ ਰਹਿੰਦੇ ਨੇ ਤੇ ਭਰਾ ਜ਼ਿਆਦਾ ਰਹਿੰਦਾ ਹਜੇ ਤੇ ਫਿਲਹਾਲ ਮੰਮਾ ਗਏ ਹੋਏ ਨੇ ਤੇ ਉਹਨਾਂ ਦਾ ਅਪ ਡਾਊਨ ਚੱਲਦਾ ਰਹਿੰਦਾ ਉਹਨਾਂ ਦਾ ਪੂਰਾ ਟਰੈਵਲਿੰਗ ਕਰਾਈ ਹੋਈ ਹੈ ਮੈਂ ਅੱਛਾ ਸੋ ਫਾਦਰ ਸਾਹਿਬ ਕੀ ਕਰਦੇ ਵੈਸੇ ਕੰਮ ਅ ਬੇਸਿਕਲੀ ਸਾਰਾ ਸਾਡਾ ਫਾਰਮਿੰਗ ਦੇ ਕੰਮ ਹੈ ਅੱਛਾ ਅੱਛਾ ਸਾਰਾ ਉਹ ਹੀ ਸੋ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਫੈਮਿਲੀ ਸਪੋਰਟਿਵ ਹੋਣਾ ਬਹੁਤ ਜ਼ਰੂਰੀ ਹੈ ਪਰ ਤੁਹਾਨੂੰ ਲੱਗਦਾ ਵੀ ਇੱਕ ਤਰੀਕੇ ਦੀ ਲਗਜ਼ਰੀ ਹੈ ਹਰ ਬੰਦੇ ਨੂੰ ਇਸ ਤਰੀਕੇ ਦੀ ਸਪੋਰਟ ਨਹੀਂ ਮਿਲਦੀ। ਸਹੀ ਗੱਲ ਆ ਇਹ ਤਾਂ ਹੈ ਫਿਰ ਉਹ ਹੈ ਨਾ ਥੋੜੇ ਰੱਬ ਨੇ ਮੇਰ ਜ਼ਿਆਦਾ ਕੀਤੀ ਹੋਈ ਹੈ। ਫੈਮਿਲੀ ਪੱਖੋਂ ਤੇ ਖੈਰ ਬਹੁਤ ਜ਼ਿਆਦਾ ਸਪੋਰਟ ਸ਼ੁਰੂ ਤੋਂ ਹੀ ਮਿਲਿਆ। ਲਾਈਕ ਫੈਮਿਲੀ ਆਪਣੀ ਫੈਮਿਲੀ ਵਲਾ ਲਓ ਤੇ ਜਿੱਦਾਂ ਮਾਮੀਣਾਂ ਵਾਲੀ ਸਾਈਡ ਵੀ ਲਾ ਲਓ। ਸਾਰੇ ਕਿਸੇ ਨੇ ਵੀ ਮਤਲਬ ਇਦਾਂ ਨਹੀਂ ਕ੍ਰੀਏਟ ਕੀਤਾ ਕਿ ਨਹੀਂ ਕਾਉਂ ਕਿਉਂਕਿ ਨਾ ਮੈਂ ਪੜਨ ਵਿੱਚ ਬਹੁਤ ਗੁੱਡ ਸੀ। ਪਹਿਲਾਂ ਸਾਰਿਆਂ ਨੂੰ ਇਹ ਸੀ ਨੂੰ ਲਾਇਰ ਬਣਾਵਾਂਗੇ। ਫੇਰ ਹੀ ਨਹੀਂ ਨੂੰ ਡਾਕਟਰ ਬਣਾਉਣਾ ਮੈਂ ਇਵਨ ਬਾਇਓ ਲਈ ਹੈ ਨਾ ਮੇਰੀ ਬਾਇਓ ਅੱਛੀ ਸੀ ਸਭ ਕੁਝ ਵਧੀਆ ਸੀ ਪਰ ਪ੍ਰੋਬਲਮ ਕਿੱਥੇ ਹੈ ਕਿ ਫਿਜ਼ਿਕਸ ਚ ਉਹ ਮੇਰੇ ਉਤੇ ਹੀ ਜਾਂਦੀ ਹੈ ਤੇ ਬਸ ਫਿਰ ਉਹ ਛੱਡ ਕੇ ਮੈਂ ਕਾਮਰਸ ਲੈ ਲਈ ਤੇ ਅਚਾਨਕ ਵੀ ਥੋਟ ਆ ਗਿਆ ਕਿ ਮੈਂ ਆਪਾਂ ਆ ਕਰਨਾ ਐਕਟਿੰਗ ਹੈ ਨਾ ਤੇ ਘਰ ਦੇ ਤੁਹਾਨੂੰ ਬੜਾ ਸਪੋਰਟਿਵ ਸੀਗੇ ਬਸ ਸੋ ਜਿਵੇਂ ਕਹ ਰਹੇ ਹੋ ਕਰਦੇ ਸਪੋਰਟਿਵ ਸੀ ਵੀ ਉਹਨਾਂ ਦੇ ਨਾਲ ਇੱਕ ਯਾਰੀ ਦੋਸਤੀ ਵਾਲਾ ਉਹਦਾਂ ਦਾ ਰਿਸ਼ਤਾ ਹੈਗਾ ਸੀ ਸੋ ਕਿਵੇਂ ਪੈਂਦੀ ਹੈ ਉਹ ਯਾਰੀ ਮਤਲਬ ਸਾਡੀ ਤਾਂ ਕਦੇ ਨਹੀਂ ਪਈ ਪਈ ਨਹੀਂ ਮੇਰੀ ਮੰਮਾ ਪਤਾ ਕਿੰਨੀ ਸਟ੍ਰਿਕਟ ਸੀਗੀ 10th ਤੱਕ ਲਾਈਕ ਸੀਰੀਅਸਲੀ ਨੌਵੀਂ ਦਸਵੀਂ ਦਾ ਬੱਚਾ ਕਿੰਨਾ ਹੋ ਜਾਂਦਾ ਉਦੋਂ ਤੱਕ ਵੀ ਇੰਨਾ ਡਰ ਲੱਗਦਾ ਸੀ ਨਾ ਮਤਲਬ ਅੱਖਾਂ ਤੋਂ ਹੀ ਡਰਾ ਦਿੰਦੇ ਸੀਗੇ ਮੰਮਾ ਪਰ ਪਤਾ ਨਹੀਂ ਅਚਾਨਕ ਤੋਂ ਮੈਂ ਆਪ ਨਹੀਂ ਉਹ ਕਈ ਵਾਰ ਹੁੰਦਾ ਲਾਈਕ 11th ਜਦੋਂ ਮੈਂ ਆ ਚੀਜ਼ ਉਹਨਾਂ ਨੂੰ ਦੱਸੀ ਪਤਾ ਨਹੀਂ ਕਿਵੇਂ ਦੱਸਦੀ ਉਸ ਤੋਂ ਬਾਅਦ ਮੇਰੀ ਬੌਂਡਿੰਗ ਉਹਨਾਂ ਨਾਲ ਬਹੁਤ ਗੁੱਡ ਬੈਠ ਗਈ ਹੈ ਨਾ ਕਿ ਲਾਈਕ ਉਹ ਉਹ ਮੇਰੇ ਬੈਸਟ ਫਰੈਂਡ ਨੇ ਮੈਂ ਤੁਹਾਨੂੰ ਤਾਂ ਹੀ ਆਖਿਆ ਜਿਵੇਂ ਤੁਸੀਂ ਵੱਡੇ ਹੁੰਦੇ ਗਏ ਬਸ ਉਹ ਹੀ ਲਾ ਲਓ ਮਤਲਬ ਪਹਿਲਾਂ ਤੇ ਐ ਹੁੰਦਾ ਹੈ ਕਿ ਮੰਮੀ ਨੂੰ ਨਾ ਪਤਾ ਲੱਗੇ ਬੜੀ ਕੁਟ ਪੈਣੀ ਹੈ ਇਦਾਂ ਮਤਲਬ ਇੰਨਾ ਜ਼ਿਆਦਾ ਡਰ ਸੀ ਮੰਮੀ ਦਾ ਤੇ ਉਸ ਤੋਂ ਬਾਅਦ ਉਹ ਇੰਨੇ ਲਾਈਕ ਅਪ ਆਪਨ ਹੋ ਗਈ ਹੈ ਨਾ ਕੁਝ ਵੀ ਲਾਈਕ ਮੈਂ ਉਹਨਾਂ ਨਾਲ ਕੁਝ ਵੀ ਸ਼ੇਅਰ ਕਰ ਸਕਦੀ ਹਾਂ ਨਾ ਮਤਲਬ ਐਨੀਥਿੰਗ ਤੇ ਬਸ ਉਹ ਹੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਨਾ ਮੇਰੀ ਫਰੈਂਡਸ ਨਹੀਂ ਹੈਗੀਆਂ ਰੀਜ਼ਨ ਇਹ ਕਿ ਮੇਰੀ ਮੰਮਾ ਹੀ ਫਰੈਂਡ ਨੇ ਉਹਨਾਂ ਨਾਲ ਹੀ ਮੈਂ ਹਰ ਇੱਕ ਚੀਜ਼ ਮਮੀ ਆ ਚੀਜ਼ ਐ ਇਦਾਂ ਹੋ ਗਈ ਆ ਨਹੀਂ ਕਰਨਾ ਇਦਾਂ ਮਤਲਬ ਮੇਰਾ ਬੌਂਡ ਉਹਨਾਂ ਨਾਲ ਬਹੁਤ ਸਟਰੋਂਗ ਆ ਅੱਜ ਦੀ ਪੰਜਾਬੀ 뮤직 ਇੰਡਸਟਰੀ ਹੋ ਜੇ ਜਾਂ ਫਿਲਮ ਇੰਡਸਟਰੀ ਹੋ ਜਦੋਂ ਕੁੜੀਆਂ ਕੰਮ ਕਰਦੀਆਂ ਨੇ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਪੁੱਟੇ ਸਿੱਧੇ ਆਫਰਸ ਦਿੱਤੇ ਜਾਂਦੇ ਨੇ ਵੀ ਤੂੰ ਆ ਆ ਕਰ ਦੇ ਤੇ ਤੈਨੂੰ ਅਸੀਂ ਕੰਮ ਦੇ ਦਾਂਗੇ ਸੋ ਤੁਸੀਂ ਕਹਿੰਦੇ ਹੋ ਵੀ ਕੋਈ ਤੁਹਾਡੇ ਨਾਲ ੱੱਕਾ ਨਹੀਂ ਕਰਦਾ ਤੁਹਾਨੂੰ ਇੱਕ ਆਪਸ਼ਨ ਹੁੰਦਾ ਤੁਸੀਂ ਉਹ ਆਪਸ਼ਨ ਚੂਜ਼ ਕਰ ਸਕਦੇ ਹੋ ਕੋਈ ੱੱਕਾ ਨਹੀਂ ਕਰਦਾ ਪਰ ਜਦੋਂ ਅੱਗੇ ਦਾ ਰਸਤਾ ਸੌਖਾ ਹੁੰਦਾ ਦਿਸਦਾ ਹੈ ਸਾਨੂੰ ਲੱਗਦਾ ਜਿਵੇਂ 10 ਸਾਲਾਂ ਤੋ ਤੱਕ ਹੀ ਖਾ ਰਹੀ ਆ ਜਿੰਨਾ ਸ਼ਾਇਦ ਕੰਮ ਮੈਨੂੰ 10 ਸਾਲਾਂ ਚ ਨਹੀਂ ਮਿਲਿਆ ਸ਼ਾਇਦ ਮੈਨੂੰ 1 ਸਾਲ ਚ ਮਿਲ ਜੇ ਫਿਰ ਉਹ ਬੰਦਾ ਕਿਵੇਂ ਨਾਂ ਕਰ ਲੈਂਦਾ ਹੈ ਕਿਵੇਂ ਉਸ ਆਫਰ ਨੂੰ ਠੁਕਰਾ ਦਿੰਦਾ ਜਦੋਂ ਐਕਚੁਅਲੀ ਮੈਂ ਤੁਹਾਨੂੰ ਐਵੇਂ ਆਖਾਂ ਨਾ ਇਹ ਇਹ ਸਿਰਫ ਤੁਹਾਡੇ ਤੇ ਆ ਰਹੀ ਤੁਹਾਨੂੰ ਤੱਕ ਇਹਨਾਂ ਤੇ ਕੋਈ ਕੁਝ ਕਹਿ ਨਹੀਂ ਲੱਗਾ ਇਹ ਮੂੰਹ ਚ ਨਹੀਂ ਬੋਣ ਲੱਗਾ ਇਹ ਸਿਰਫ ਤੁਹਾਡੇ ਤੇ ਆ ਲਾਈਕ ਕਈਆਂ ਨੂੰ ਹੁੰਦਾ ਹੁਣ ਜਦੋਂ ਮੈਂ ਤੁਹਾਨੂੰ ਪਤਾ ਮੈਂ ਸਟਾਰਟਿੰਗ ਸਟਾਰਟਿੰਗ ਚ ਜਦੋਂ ਆਈ ਸੀ ਮੈਂ ਉਹ ਬੰਦੇ ਦਾ ਨਾਮ ਲੈ ਲਾਂਗੀ ਉਹ ਵੱਡੀ ਕਾਸਟਿੰਗ ਕਰਦਾ ਹੂੰ ਮੈਨੂੰ ਆਂਦਾ ਉਦੋਂ ਤੱਕ ਮੈਂ ਲਾਈਕ 4-5 ਗਾਣੇ ਕੀਤੇ ਤੇ ਉਹ ਮੈਨੂੰ ਆਂਦਾ ਗੀਤ ਲਾਈਕ ਤੇਰੇ ਲੁਕਸ ਵਧੀਆਂ ਨੇ ਤੂੰ ਕੰਮ ਸੋਹਣਾ ਕਰਦੀ ਜਿੰਨਾ ਕਿ ਉਹਦੋਂ ਕੀਤਾ ਸੀ ਕਿ ਤੂੰ ਅੱਗੇ ਜਾਏਂਗੀ ਵਧੀਆਂ ਬਟ ਐਦਾਂ ਨਾ ਕਿ ਉਹਨੂੰ ਟਾਈਮ ਬਹੁਤ ਲੱਗ ਜਾਣਾ ਹੂੰ ਤੇ ਐਵੇਂ ਤਾਂ ਫਿਰ ਖਤਮ ਹੋ ਜਗੇ ਉਹਨਾਂ ਨੇ ਬਹੁਤ ਮੈਨੂੰ ਡਿਪਰੈਸ ਜਿਹਾ ਕੀਤਾ ਕਿ ਹਣਾ ਜਿੰਨਾ ਕਿ ਵੀ ਉਹ 네ਗੇਟਿਵ ਕਰ ਸਕਦਾ ਹੈ ਮੈਨੀਪੂਲੇਟ ਕਰਦੇ ਹਾਂ ਹਾਂ ਮਤਲਬ ਕਿ ਉਹਨੂੰ ਇਹ ਹੀ ਕਿ ਤੂੰ ਐਕਚੁਅਲੀ ਬੰਬੇ ਤੋਂ ਕਾਸਟਿੰਗ ਕਰਦਾ ਹੈ ਮੇਜਰਲੀ ਤੇ ਵੱਡੇ ਗਾਣੇ ਚ ਕਾਸਟਿੰਗ ਹੁੰਦੀ ਹੈ ਉਹਦੀ ਤੇ ਮੈਨੂੰ ਉਹਨੇ ਆਫਰ ਦਿੱਤਾ ਉਸ ਟਾਈਮ ਕੀ ਦਾ ਕਹਿੰਦੇ ਸੀ ਆ ਡੋਟ ਰਿਮੈਂਬਰ ਇਟ ਲਾਈਕ ਬਟ ਦੀ ਆਰਟਿਸਟ ਸੀਗਾ ਦੁਬਈ ਸ਼ੂਟ ਚ ਇਦਾਂ ਦਾ ਕਰਕੇ ਤੇ ਆਂਦੇ ਐਵੇਂ ਕਰ ਲੋ ਜੋ ਵੀ ਸਿਸਟਮ ਤੁਹਾਡਾ ਕੰਪਰਮਾਈਜ਼ ਇਨ 올 ਦੈਟ ਤੇ ਤੁਹੀ ਵਧੀਆ ਮਤਲਬ ਤੁਹਾਡਾ ਹੋ ਜਾਊਗਾ ਇਦਾਂ ਮੈਂ ਕਿਹਾ ਭਰਾ ਸਭ ਨਹੀਂ ਹੋਣਾ ਲਿਟਰਲੀ ਮੇਰੀ ਆਹੀ ਵਰਡਿੰਗ ਸੀ ਐਂ ਬੋਲਿਆ ਉਹ ਹਿੰਦੀ ਚ ਗੱਲ ਕਰ ਰਹੇ ਤੇ ਮੈਂ ਪੰਜਾਬੀ ਚ ਆ ਗਈ ਮੈਂ ਕਿਹਾ ਭਰਾ ਇਹ ਸਭ ਨਹੀਂ ਹੋਣਾ ਮੈਂ ਵਧੀਆ ਘਰ ਦੇ ਜਿਹੜੇ ਕੁੜੀਆਂ ਹੁੰਦੀਆਂ ਨਾ ਮੈਂ ਕੋਈ ਨਾ ਮੈਂ ਮੈਂ ਮੈਨੂੰ ਕਿਹੜਾ ਏਡੀ ਪਿੱਛੋ ਪ੍ਰੋਬਲਮ ਆ ਕਿ ਪੈਸੇ ਕਮਾ ਕਮਾ ਪਿੱਛੇ ਦੇਣੇ ਨੇ ਜਾਂ ਘਰ ਬਣਾਉਣਾ ਮੈਂ ਮੈਂ ਬਹੁਤ ਸੋਖੀ ਆ ਇਹ ਤੇ ਮੈਨੂੰ ਸ਼ੌਂਕ ਆ ਮੈਨੂੰ ਪਸੰਦ ਏ ਹਨਾ ਮਤਲਬ ਬਸ ਸਾਰੀਆਂ ਚੀਜ਼ਾਂ ਕਰਨੀਆਂ ਆ ਜਾਂ ਲੋਕਾਂ ਸਾਹਮਣੇ ਜੇ ਰਹਿਣਾ ਮੈਨੂੰ ਵਧੀਆ ਲੱਗਦਾ ਤੇ ਮੈਂ ਤੂੰ ਵੀ ਇੱਥੇ ਮੈਂ ਵੀ ਇੱਥੀ ਆ ਮੈਂ ਕੋਈ ਗੱਲ ਨਹੀਂ ਤੂੰ ਜ਼ਿਆਦਾ ਕਰ ਲੈ ਤੂੰ ਹੋਰ ਕਿਸੇ ਨੂੰ ਲੈ ਆ ਮੈਂ ਐਡੀ ਤੈਨੂੰ ਮਨ ਉਹ ਮੇਰੇ ਪਿੱਛੇ ਪੈ ਗਿਆ ਕਾਫੀ ਦਿਨੋਂ ਤੂੰ ਮੈਨੂੰ ਮੈਸੇਜਸ ਕੀਤੇ ਐਂਡ ਆਲ ਦੈਟ ਉਹਨੂੰ ਇਹੀ ਕਿ ਕਰ ਲੈ ਕਰ ਲੈ ਮੈਂ ਇੱਧਰ ਤੇ ਤੂੰ ਭੁੱਲ ਹੀ ਜਾਣ ਤੇ ਹੁਣ ਮੇਰੀ ਇਹ ਪਿੱਛੇ ਜੀ ਗੱਲ ਹੀ ਉਹਦੇ ਨਾਲ ਮੈਨੂੰ ਬਲਾਕ ਹੀ ਕਰਤਾ ਹੈ ਐਕਚੁਅਲੀ WhatsApp ਤੇ ਤੇ ਨਹੀਂ ਹੈਗਾ ਮੇਰੇ ਨਾਲ ਤੇ ਮੇਰੀ ਗੱਲ ਹੋਈ ਤੇ ਉਹਦੇ ਮੈਸੇਜ ਆਇਆ ਉਹਨਾਂ ਦਾ ਕੀ ਬਾਤ ਹੈ ਛਾ ਰਹੇ ਉਹ ਮੈਂ ਵੇਖਿਆ ਤੈਨੂੰ ਤੇ ਆਖਿਆ ਹੀ ਮੈਂ ਕੋਈ ਗੱਲ ਨਹੀਂ ਤੁਸੀਂ ਬਲਾਕ ਕਰਤਾ ਫਿਰ ਮੈਸੇਜ ਕਿੱਦਾਂ ਆਇਆ WhatsApp ਤੇ ਨੰਬਰ ব্লক ਸੀ ਨਾ ਤੇ سوشل میڈیا ਤੇ ਮੇਰੇ ਨਾਲ ਮੈਨੂੰ ਫੋਲੋ ਫੋਲੋ ਨਹੀਂ ਸੀ ਹੈਗਾ ਵੈਸੇ ਹੀ ਮਨੋ ਕਿਤੇ ਸਟਾਕਸ ਤੋਂ ਕੀਤਾ ਹੋਣਾ ਨੇ ਦੇਖਿਆ ਹੋਣਾ ਤੇ ਫਿਰ ਉਹਦਾ ਮੈਸੇਜ ਆ ਮੈਂ ਕਿ ਹਾਂ ਮੈਂ ਹਾਂਜੀ ਬ੍ਰੋ ਐਦਾਂ ਹੀ ਹੁੰਦਾ ਫਿਰ ਮੈਂ ਜਦੋਂ ਤੁਸੀਂ ਆਪਦੀ ਨੀਤਾਂ ਸਹੀ ਰੱਖ ਕੇ ਹਨਾ ਸਿਰਫ ਤੇ ਤੁਹਾਡਾ ਕੰਮ ਵੱਲ ਧਿਆਨ ਹੁੰਦਾ ਤੁਹਾਨੂੰ ਤੁਹਾਨੂੰ ਕੰਮ ਨਾਲ ਇੰਨਾ ਪਿਆਰ ਉਹ ਕੋਈ ਵੀ ਚੀਜ਼ ਲਾ ਲਓ ਕੋਈ ਵੀ ਫਿਲਡ ਲਾ ਲਓ ਮੈਂ ਆ ਨਹੀਂ ਆਂਦੀ ਸਿਰਫ ਇਹਦਾ ਆ ਆਟੋਮੈਟਿਕਲੀ ਯਾਰ ਸਭ ਹੋ ਜਾਂਦਾ ਸਭ ਹੋ ਜਾਂਦਾ ਜਸਟ ਤੁਹਾਨੂੰ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ ਇਸ ਲਾਈਨ ਚ ਸਪੈਸ਼ਲੀ ਜ਼ਿਆਦਾ ਹੈ ਮੈਂ ਮਤਲਬ ਮੈਂ ਆ ਗਿਆ ਕਿ ਮੈਂ ਬਹੁਤ ਜ਼ਿਆਦਾ ਇੱਕ ਹੁੰਦਾ ਨਾ ਕਿ ਜਿਹਨੂੰ ਪੇਸ਼ੈਂਸ ਨਹੀਂ ਹੁੰਦੇ ਮੈਂ ਉਹ ਬੱਚਾ ਹੀ ਇਸ ਲਾਈਨ ਚ ਪੇਸ਼ੈਂਸ ਬੜਾ ਸਿੱਖ ਲਿਆ ਹਮ ਸਬਰ ਨਾਲ ਹਰ ਇੱਕ ਚੀਜ਼ ਟਾਈਮ ਤੇ ਮਿਲਦੀ ਹੈ ਪਰ ਕਰਦੇ ਰਹੋ ਤੁਸੀਂ ਆ ਨਾ ਸੋਚੋ ਕਿ ਨਹੀਂ ਅਹੀਂ ਸੋਣੀ ਨਹੀਂ ਹੈਗੇ ਆ ਆ ਨਹੀਂ ਹੋਣ ਦਿਆ ਜੇ ਤੁਹਾਡੇ ਹੁਨਰ ਹਨਾ ਤੁਸੀਂ ਸਭ ਕਰ ਲੂਗੇ ਹਮ ਕੁਝ ਵੀ ਆ ਭਾਵੇਂ ਬਸ ਹੋ ਗਿਆ ਸੋ ਹੁਣ ਤੁਸੀਂ ਇੰਡਸਟਰੀ ਦੇ ਵਿੱਚ ਵਿਚਰਦੇ ਹੋ ਠੀਕ ਹੈ ਤੁਸੀਂ ਅਜਿਹੇ ਰਸਤਿਆਂ ਚ ਨਹੀਂ ਪਏ ਪਰ ਉਦਾਂ ਮਿਲ ਜਾਂਦਾ ਏਦਾਂ ਕੰਮ ਮਿਲਦਾ ਹੀ ਹੋਏਗਾ ਤਾਂ ਹੀ ਹੈ ਕੋਈ ਚੀਜ਼ ਅਗਲੇ ਜਦੋਂ ਹੁਣ ਜਿਵੇਂ ਉਹਦੀ ਗੱਲ ਕਰਾਂ ਮੈਂ ਉਹ ਕਿੰਨਾ ਕੌਨਫੀਡੈਂਟ ਸੀ ਕਿ ਹਨਾ ਈਵਨ ਉਹ ਪਾਰਟਿਕੁਲਰਲੀ ਨਾਮ ਵੀ ਲੈ ਰਿਆ ਸੀ ਕੁਝ ਲੀਡਿੰਗ ਫੇਸ ਦੇ ਬੰਬੇ ਵਾਲੇ ਲਾ ਲੋਗੇ ਕੁਛ ਇੰਦਰ ਦੀ ਹਨਾ ਕਿ ਇਹਨੂੰ ਮੈਂ ਕੰਮ ਦਿੱਤਾ ਬਹੁਤ ਕੌਨਫੀਡੈਂਟਲੀ ਲਾਈਕ ਯਾਰ ਮੈਂ ਅੰਟਿਲ ਅਨਲੈਸ ਮੈਂ ਆਪਣੀ ਅੱਖਾਂ ਨਾਲ ਹੀ ਨਾ ਵੇਖ ਲੈਂਦੀ ਮੈਂ ਕਿਸੇ ਨੂੰ ਨਹੀਂ ਜਜ ਕਰਨਾ ਮੈਂ ਜਦੋਂ ਤੱਕ ਮੇਰੇ ਕੋ ਕੋਈ ਪ੍ਰੂਫ ਹੀ ਨਹੀਂ ਮੈਂ ਕਿਉਂ ਅਗਲੇ ਨੂੰ ਕਾ ਕੇ ਉਹਨੇ ਐਵੇਂ ਕੀਤਾ ਹੋਵੇਗਾ ਹੁੰਦਾ ਹੋਏਗਾ ਕਰਦੀਆਂ ਵੀ ਨੇ ਕੁੜੀਆਂ ਮੁੰਡੇ ਸਭ ਕਰਦੇ ਨੇ ਪਰ ਇਟਸ ਓਕੇ ਸਭ ਦਾ ਆਪਣਾ ਆਪਣਾ ਤਰੀਕਾ ਹੈ ਸਭ ਆਪਣੇ ਆਪਣੇ ਤਰੀਕੇ ਨਾਲ ਲਾਈਫ ਨੂੰ ਦੇਖਦੇ ਨੇ ਕਈਆਂ ਨੂੰ ਉਹ ਸੋਖਾ ਲੱਗਦਾ ਕਿ ਠੀਕ ਆ ਯਾਰ ਅੱਛਾ ਇੱਕ ਆ ਚੀਜ਼ ਕੀਤੀ ਕਿੰਡੀ ਗੱਲ ਹੈ ਵੱਡੇ ਅਟਸ ਨਾਲ ਕੰਮ ਮਿਲ ਗਿਆ ਓਕੇ ਡਨ ਤੇ ਕਿ ਇਹਨੂੰ ਹੁੰਦਾ ਕਿ ਨਹੀਂ ਯਾਰ ਆਪਾਂ ਹੌਲੀ ਹੌਲੀ ਚੱਲਾਂਗੇ ਆਪਣਾ ਆਪਣਾ ਤਰੀਕਾ ਨਹੀਂ ਪਰ ਹੁਣ ਜਿਵੇਂ ਤੁਸੀਂ ਇੰਡਸਟਰੀ ਦੇ ਵਿੱਚ ਹੋ ਤੁਹਾਡਾ ਵੀ ਕੋਈ ਤਜਰਬਾ ਹੈ ਤੁਸੀਂ ਦੇਖਿਆ ਵੀ ਕੁੜੀਆਂ ਨੂੰ ਇਸ ਤਰੀਕੇ ਨਾਲ ਸੀੜੀ ਤੇ ਚੜਦੇ ਦੇਖ ਮੈਂ ਸਹੀ ਦੱਸਾਂ ਮੈਂ ਕੈਨੂ ਇੰਡਸਟਰੀ ਚ ਕੰਮ ਕਰਦੀ ਪਰ ਮੈਂ ਵਿਚਰਦੀ ਬਹੁਤ ਘਟਣਾ ਹਨਾ ਮੇਰਾ ਹੈ ਨਹੀਂ ਕਿਸੇ ਨਾਲ ਵੀ ਇੰਟਰੈਕਸ਼ਨ ਪਰਸਨਲੀ ਤੇ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਅੱਛਾ ਇਹ ਗੀਦਾ ਬੜਾ ਬੈਸਟ ਫਰੈਂਡ ਆ ਜਾਂ ਫਰੈਂਡ ਦੀ ਕੁੜੀ ਮੁੰਡਾ ਕੋਈ ਵੀ ਲਾਈਕ ਮੇਰਾ ਨਹੀਂ ਹੈਗਾ ਮੈਂ ਸਿਰਫ ਕੰਮ ਤੱਕ ਕਰਨਾ ਦੈਟਸ ਇਟ ਹਾਂ ਹੈਲੋ ਹਾਈ ਜਦੋਂ ਕੋਈ ਗਾਣਾ ਆਉਂਦਾ ਹਨਾ ਬੰਦਾ ਐਡ ਹੋ ਜਾਂਦਾ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਸਿਰਫ ਹੈਲੋ ਹਾਈ ਸასი ਗੱਲ ਓਕੇ ਠੀਕ ਆ ਇਹ ਚੀਜ਼ ਸ਼ੇਅਰ ਕਰ ਦੋ ਇਦਾਂ ਸਿਰਫ ਇੰਨਾ ਕਰਿੰਦਾ ਬਾਲਾ ਮੇਰਾ ਨਾਮ ਇਹ ਕਦੇ ਇੰਡਸਟਰੀ ਦੀ ਪਾਰਟੀਆਂ ਚ ਗਈ ਕਦੇ ਵੀ ਨਹੀਂ ਹੁਣ ਤੱਕ ਹਨਾ ਇਨ ਇਨਵਿਟੇਸ਼ਨ ਵੀ ਹੁੰਦੇ ਮੈਂ ਨਹੀਂ ਨਾ ਕੋ ਮੈਂ ਵਿਆਹ ਅਟੈਂਡ ਕਰਾਂ ਮਤਲਬ ਪਤਾ ਨਹੀਂ ਮੇਰਾ ਹੈ ਹੀ ਨਹੀਂ ਬਿਲਕੁਲ ਵੀ ਜਸ ਸੋ ਤੁਹਾਡਾ ਸਭਾ ਇਹ ਇਦਾਂ ਦਾ ਇੰਟੈਂਸ਼ਨਲੀ ਤੁਸੀਂ ਇੰਨਾ ਕੀਤਾ ਨਹੀਂ ਮੇਰਾ ਮੇਰਾ ਐਕਚੁਅਲੀ ਪਤਾ ਨਹੀਂ ਕੁਝ ਨਾ ਚੀਜ਼ਾਂ ਵੇਖ-ਵੇਖ ਕੋਈ ਕੋਈ ਜਿਹਨਾਂ ਕਈਆਂ ਨੂੰ ਇਦਾਂ ਹੁੰਦੇ ਨੇ ਕਿ ਸੀ ਜਿੰਨਾ ਜ਼ਿਆਦਾ ਹੋਣਾ ਚਾਹ ਵਿਚਰਾਂਗੇ ਸਾਡੇ ਤੇ ਫਿਰ ਉਹਨੇ ਕੁਐਸਚਨ ਹਾਂ ਅਲੱਗ-ਅਲੱਗ ਤਰੀਕੇ ਦੇ ਕੀਤੇ ਜਾ ਸਕਦੇ ਮੈਨੂੰ ਵੀ ਥੋੜਾ ਇਹ ਵੀ ਚੀਜ਼ ਦਾ ਵੀ ਮਨ ਰਹਿੰਦਾ ਕਿ ਥੋੜਾ ਨਾ ਸਾਈਡ ਜਿਹੀ ਧਿਰ ਮੈਂ ਮੈਨੂੰ ਨਾ ਮੈਂ ਤੁਹਾਨੂੰ ਐਵੇਂ ਆਖਾਂ ਠੀਕ ਆ ਇੰਡਸਟਰੀ ਵਧੀਆ ਏ ਪਰ ਕੁਝ ਕੁ ਲੋਕਾਂ ਕਰਕੇ ਨਾ ਇੰਡਸਟਰੀ ਨਹੀਂ ਸਹੀ ਹਨਾ ਮਤਲਬ ਆਪ ਐਵੇਂ ਨਹੀਂ ਆਖਾਂਗੇ ਸਾਰੀ ਇੱਕੋ ਜਿਹੀ ਨੇ ਬਹੁਤ ਸੋਹਣੇ ਵਧੀਆ ਲੋਕ ਵੀ ਨੇ ਤੇ ਸਮਝਦਾਰ ਨੇ ਜਿੱਦਾਂ ਹੁੰਦਾ ਨਾ ਕਿ ਇੱਕ ਵਧੀਆ ਘਰੋਂ ਆਏ ਹੋਏ ਹਨਾ ਕਿ ਜਿਨ੍ਹਾਂ ਨੂੰ ਇੱਕ ਰਿਸਪੈਕਟ ਦੇਣੀ ਆਉਂ ਪਰ ਕੁਝ ਕੁ ਹੈਗੇ ਨੇ ਜਿਹੜੇ ਵਿੱਚ ਨਾ ਖਰਾਬ ਕਰ ਦਿੰਦੇ ਨੇ ਕੰਮ ਉਹਨਾਂ ਕਰਕੇ ਨਾ ਫਿਰ ਮਨ ਜਿਆ ਨਹੀਂ ਹੋ ਜਾਂਦਾ ਕਿ ਨਹੀਂ ਯਾਰ ਅਹੀਂ ਬੁਲਾਉਣਾ ਨਹੀਂ ਹੈ ਨਹੀਂ ਵਿਚਰਨਾ ਹਨਾ ਬਸ ਉਸ ਕਰਕੇ ਮੈਂ ਵੈਸੇ ਵੀ ਥੋੜਾ ਸਾਈਡ ਰਹੀ ਨਹੀਂ ਪਹਿਲਾਂ ਮੈਨੂੰ ਹੀ ਨਹੀਂ ਸਮਝ ਆਏਗੀ ਹੁਣ ਜਦੋਂ ਜਦੋਂ ਮੈਂ ਦਿਖਣਾ ਸ਼ੁਰੂ ਹੋ ਗਈ ਗਾਣੇ ਕੀਤੇ ਹਨਾ ਚੀਜ਼ਾਂ ਹੋਈਆਂ ਅਪ ਹੋ ਗਿਆ ਸਭ ਕੁਝ ਦੇ ਗਿਆ ਅੱਛਾ ਕੋਈ ਗੀਤ ਕਰਾਇਆ ਨਾ ਮੈਗਾ ਓਕੇ ਹਰ ਦੂਜੇ ਗਾਣੇ ਚ ਆਉਂਦੀ ਗਈ ਉਹਦੋਂ ਤੋਂ ਨਾ ਚੀਜ਼ਾਂ ਮੈਂ ਬਦਲਦੀਆਂ ਬੜੀਆਂ ਵੇਖੀਆਂ ਨੇ ਬਹੁਤ ਚੀਜ਼ਾਂ ਲਾਈਕ ਹਨਾ ਕਿ ਲੋਕੀ ਮਤਲਬ ਜੇ ਬੜੇ ਮੈਨੂੰ ਦਿਖੇ ਫਿਰ ਮੈਂ ਨਹੀਂ ਇੱਥੇ ਸਿਸਟਮ ਨਹੀਂ ਸਹੀ ਹੈਗਾ ਤਾਂ ਮੈਂ ਥੋੜਾ ਸਾਈਡ ਜੇ ਹੀ ਰਹੀ ਨੀ ਮੈਂ ਠੀਕ ਆ ਆਪਣਾ ਕੰਮ ਕਰੋ ਕਰ ਤਾ ਦੈਟਸ ਇਟ ਪਰ ਤੁਹਾਨੂੰ ਇਦਾਂ ਲੱਗਦਾ ਵੀ ਜੇ ਆਪਾਂ ਅਜੀਹਾ ਕੁਝ ਨਹੀਂ ਵੀ ਕਰਦੇ ਤਾਂ ਵੀ ਲੋਕ ਬਦਨਾਮਤਾ ਕਰ ਹੀ ਦਿੰਦੇ ਨਾਰਮਲ ਆ ਭਾਵੇਂ ਤੁਸੀਂ ਸਿਰ ਤੇ ਇੱਕ ਚੁੰਨੀ ਲੈ ਕੇ ਖੜਾ ਦਿਓ ਇੱਥੇ ਉਹ ਵੀ ਇੱਧਰ ਸੀ ਉਹ ਤਾਂ ਇੱਧਰ ਸੀ ਨਾ ਨਾਰਮਲ ਆ ਇਹ ਤਾਂ ਬਹੁਤ ਕਲੀਆਂ ਫੀਲਡ ਚ ਨਹੀਂ ਮੈਨੂੰ ਲੱਗਦਾ ਹਰ ਇੱਕ ਫੀਲਡ ਚ ਆ ਔਰ ਤਾਂ ਇਹਨਾਂ ਦਾਾਸਟਾਰ ਹਾ ਸਪੈਸ਼ਲੀ ਗਰਲਸ ਨਾਲ ਤੇ ਹੈ ਜੀ ਸੋ ਤੁਹਾਨੂੰ ਕਦੇ ਸੁਣਨ ਨੂੰ ਮਿਲੀਆਂ ਆਪਣੇ ਬਾਰੇ ਅਜਿਹੀਆਂ ਗੱਲਾਂ ਨਹੀਂ ਮਤਲਬ ਇਦਾਂ ਤੇ ਮੈਂ ਤੁਹਾਨੂੰ ਕੀ ਆਖਾਂ ਪਰ ਲੋਕ ਮੂੰਹ ਤੇ ਕੋਈ ਨਹੀਂ ਕਰਦਾ ਪਰ ਕੰਨਾਂ ਚ ਪਹੁੰਚ ਜਾਂਦੀ ਹੈ ਕੋਈ ਪਿੱਛੇ ਹਾਂ ਮਤਲਬ ਅੱਛਾ ਜਿੱਥੇ ਕਿਸੇ ਨੇ ਦੋ ਗਾਣੇ ਕਰ ਲਏ ਤਿੰਨ ਗਾਣੇ ਕਰ ਲਏ ਅੱਛਾ ਇਹ ਤਾਂ ਇੱਧਰ ਇਹ ਉਹ ਪਰ ਬਹੁਤ ਨਾਰਮਲ ਆ ਹੁਣ ਹੁਣ ਨਹੀਂ ਫਰਕ ਪੈਂਦਾ ਪਹਿਲਾਂ ਪਹਿਲਾਂ ਹੁੰਦਾ ਕਿ ਯਾਰ ਇਦਾਂ ਕਿਉਂ ਹੁੰਦਿਆ ਕਿਉਂ ਐਵੇਂ ਹੁਣ ਮੈਂ ਕਿਹਾ ਯਾਰੀ ਤੇ ਹਰ ਇੱਕ ਬਾਰੇ ਮਤਲਬ ਇੱਕ ਉਹ ਵੀ ਕੁੜੀਆਂ ਮੈਂ ਚਲੋ ਕਿਸੇ ਨੂੰ ਕੀ ਕਹਿਣਾ ਮਤਲਬ ਕਿ ਜਿਹੜੀਆਂ ਕਦੇ ਵੇਖੀਆਂ ਹੀ ਨਹੀਂ ਮੈਂ ਮਤਲਬ ਗਾਇਬ ਹੀ ਨਹੀਂ ਉਹਨਾਂ ਨੂੰ ਵੀ ਨਹੀਂ ਛੱਡਦੇ ਮੈਂ ਆਈ ਤਾਂ ਫਿਰ ਵੀ ਚਲੋ ਇੱਕ ਹਨਾ ਡਾਇਰੈਕਟਰ ਦੀ ਕਮਾਂਡ ਨਾਲ ਕੱਪੜੇ ਪਾਉਣੇ ਚੀਜ਼ਾਂ ਕਰਨੀਆਂ ਹਨਾ ਤੇ ਮੈਂ ਕੋਈ ਨਹੀਂ ਤੂੰ ਹੀ ਕਰੀ ਜਾਓ ਸਭ ਚੀਜ਼ਾਂ ਦਾ ਜਵਾਬ ਇੱਕ ਹੀ ਹੁੰਦਾ ਕੰਮ ਬਸ ਤੇ ਮੈਂ ਉਹ ਵੀ ਸੋਚ ਕੇ ਆਉਣ ਮੈਂ ਕੋਈ ਚੱਕਰ ਨਹੀਂ ਜੋ ਜਿਵੇਂ ਆ ਠੀਕ ਹੈ ਇਹ ਤਾਂ ਸਭ ਨਾਲ ਹੀ ਹੁੰਦਾ ਕੱਲੀ ਮੈਂ ਨਹੀਂ ਹੈਗੀ ਮੁੰਡਿਆਂ ਨਾਲ ਵੀ ਇਵਨ ਹੁੰਦਾ ਹਨਾ ਸੋ ਬਹੁਤ ਨਾਰਮਲ ਹੈ ਤਾਂ ਸੋ ਮੈਂ ਹੁਣ ਤੱਕ ਲਗਭਗ ਜਿੰਨੇ ਵੀ ਮੇਜਰ ਆਪਣੇ ਫੀਮੇਲ ਐਕਟਰਸ ਚਾਹੇ ਫਿਲਮਾਂ ਦੇ ਹੋਣ ਚਾਹੇ ਗੀਤਾਂ ਦੇ ਹੋਣ ਸਾਰਿਆਂ ਨਾਲ ਗੱਲਬਾਤ ਕੀਤੀ ਐ ਐ ਬਿਕੋਜ਼ ਇੱਕ ਮੁੱਦਾ ਇਦਾਂ ਦਾ ਹੈ ਕਿ ਇਹਦਾ ਜ਼ਿਕਰ ਹਰ ਵਾਰ ਛਿੜਦਾ ਹੀ ਐ ਐਂਡ ਹਰ ਵਾਰ ਕੁੜੀਆਂ ਇਦਾਂ ਕਹਿੰਦੀਆਂ ਕਿ ਹਾਂ ਮੈਂ ਵੀ ਸੁਣਿਆ ਐ ਇਦਾਂ ਹੁੰਦਾ ਪਰ ਮੇਰੇ ਨਾਲ ਇਦਾਂ ਕਦੇ ਨਹੀਂ ਹੋਇਆ ਐਂਡ ਆਲਮੋਸਟ ਮੈਂ ਸਾਰਿਆਂ ਨਾਲ ਹੀ ਗੱਲ ਕੀਤੀ ਐ ਐਂਡ ਸਾਰਿਆਂ ਨੇ ਇਹੀ ਕਿਹਾ ਵੀ ਮੈਂ ਸੁਣਿਆ ਐ ਇਦਾਂ ਪਰ ਮੇਰੇ ਨਾਲ ਇਦਾਂ ਕਦੇ ਨਹੀਂ ਹੋਇਆ ਕਿ ਉਹ ਆਪਣੇ ਤਜਰਬੇ ਸਾਂਝੇ ਨਹੀਂ ਕਰਨਾ ਚਾਹੁੰਦੀਆਂ ਹੀ ਵੀ ਹੋ ਸਕਦਾ ਸ਼ਾਇਦ ਉਹਨਾਂ ਨਾਲ ਇਦਾਂ ਹੋਇਆ ਹੋਵੇ ਉਹ ਸਮਝ ਨਹੀਂ ਕਰਨਾ ਚਾਹੁੰਦਾ ਕਿ ਉਹਦਾ ਅਗਲੇ ਨੂੰ ਹੁੰਦਾ ਹੋਵੇਗਾ ਕਿ ਯਾਰ ਮੇਰੀ ਮੀਚ ਤੇ ਫਰਕ ਪਾਊਗਾ ਜਾਂ ਕੁਝ ਵੀ ਹੋ ਸਕਦਾ ਜੀ ਅਗਲਾ ਨਹੀਂ ਹਰਿਆ ਪਰ ਠੀਕ ਆ ਪਤਾ ਕੀ ਹੁੰਦਾ ਬਹੁਤ ਚੀਜ਼ਾਂ ਹੁੰਦੀਆਂ ਉਹਦੀ ਗਰਟਸ ਵੀ ਚਾਹੀਦੇ ਨੇ ਉਹ ਵੀ ਹੁੰਦਾ ਹਨਾ ਕਿੰਨੇ ਯਾਰ ਉਹਨੇ ਮੈਨੂੰ ਐਵੇਂ ਆਖਿਆ ਇਦਾਂ ਨਾਲੇ ਪਤਾ ਕੀ ਪ੍ਰੋਬਲਮ ਇਥੇ ਇੰਡਸਟਰੀ ਚ ਇਦਾਂ ਹੈ ਬਹੁਤ ਛੋਟੀ ਇੰਡਸਟਰੀ ਹੈ ਹਨਾ ਤੇ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਇੱਕ ਦੂਜੇ ਦੀ ਲੋੜ ਪੈਂਦੀ ਹੈ ਹੂੰ ਤੁਸੀਂ ਇਕੱਲੇ ਸਰਵਾਈਵ ਨਹੀਂ ਕਰ ਸਕਦੇ ਲਾਈਕ ਮਤਲਬ ਹੈਗਾ ਇਹ ਚੀਜ਼ ਸੋ ਬਸ ਮੈਨੂੰ ਤੇ ਯਾਰ ਠੀਕ ਆ ਤੁਹਾਡੇ ਤੇ ਆ ਟੋਟਲੀ ਜੇ ਤੁਸੀਂ ਦੱਸਣਾ ਦੱਸੋ ਨਹੀਂ ਦੱਸਣਾ ਨਾ ਦੱਸੋ ਪਰ ਹਾਂ ਠੀਕ ਆ ਕਿਸੇ ਨੂੰ ਗਲਤ ਰਾ ਨਾ ਪਾਓ ਲਾਈਕ ਕਿ ਤੁਸੀਂ ਕਰ ਲਓ ਸ਼ਾਰਟ ਸ਼ਾਰਟਕਟ ਆ ਵਧੀਆ ਤੁਸੀਂ ਫੇਮਸ ਹੋ ਜੇਗੇ ਉਹ ਚੀਜ਼ਾਂ ਨਾ ਕਰੋ ਹਣਾ ਸਹੀ ਰਸਤਾ ਚੁਣੋ ਪਰ ਇੱਕ ਫਿਰ ਵੀ ਡਰ ਹੁੰਦਾ ਹੈ ਕਿ ਸ਼ਾਇਦ ਜੇ ਮੈਂ ਇੰਨਾ ਖੁੱਲ ਕੇ ਇੰਨਾ ਦਬੰਗ ਤਰੀਕੇ ਨਾਲ ਬੋਲਾਂਗੀ ਤੇ ਮੈਨੂੰ ਉਹਦੀ ਹਾਨੀ ਉਹਦਾ ਕੋਈ ਨਾ ਕੋਈ ਨੁਕਸਾਨ ਅੱਗੇ ਚੱਲ ਕੇ ਹੋ ਸਕਦਾ ਹੈ ਕਿ ਲੋਕੀ ਸ਼ਾਇਦ ਤੁਹਾਡੇ ਨਾਲ ਨਾ ਕੰਮ ਕਰਨਾ ਚਾਹ। ਪਰ ਪਤਾ ਕੀ ਗੱਲ ਆ ਨੁਕਸਾਨ ਕੌਣ ਚਾਹੁੰਦਾ। ਹਮਮ ਰਾਈਟ ਕੋਈ ਵੀ ਨਹੀਂ ਚਾਹੁੰਦਾ ਹਨਾ ਕਿ ਕਿਉਂ ਕੋਈ ਚਾਹੂਗਾ ਕਿ ਨਹੀਂ ਜੇ ਮੈਂ ਅੱਜ ਲੀਡਿੰਗ ਆ ਕਿ ਕੋਈ ਮੈਨੂੰ ਬਿਲਕੁਲ ਹੀ ਕੰਮ ਦੇਣਾ ਹੀ ਬੰਦ ਕਰ ਦੇ ਮੇਰੀਆਂ ਹਰਕਤਾਂ ਕਰਕੇ ਕਿ ਮੈਂ ਬਿਲਕੁਲ ਹੀ ਖਤਮ ਹੋ ਜਾ ਜਸਟ ਇੱਕ ਨਿੱਕੀ ਜੀ ਸਟੇਟਮੈਂਟ ਕਰਕੇ ਕੋਈ ਵੀ ਨਹੀਂ ਚਾਹੁੰਦਾ। ਹਮ ਬਸ ਉਹ ਹੀ ਆਖਿਆ ਨਾ ਕਿ ਗਰਟਸ ਹੋਣੇ ਚਾਹੀਦੇ ਨੇ ਕਈ ਤੇ ਬੋਲ ਦਿੰਦੀਆਂ ਨੇ ਕਿ ਠੀਕ ਆ ਹੋਇਆ ਸੀ ਕਈ ਨਹੀਂ ਪਰ ਮੈਂ ਸੁਣਿਆ ਪਿੱਛੇ ਐਂਡ ਆਈ ਥਿੰਕ ਉਹ ਖਬਰਾਂ ਚ ਵੀ ਚੀਜ਼ ਆਈ ਕਿ ਕਿਸੇ ਫੀਮੇਲ ਐਕਟਰ ਨੇ ਅਦਾ ਉਹ ਬੋਲ ਦਿੱਤਾ ਵੀ ਕਿਸੇ ਐਕਟਰ ਕਿਸੇ ਗਾਇਕ ਬਾਰੇ ਕਿ ਐਦਾਂ ਮੈਂ ਉਹਨਾਂ ਨਾਲ ਕੰਮ ਕੀਤਾ ਮੈਨੂੰ ਨਹੀਂ ਮਜ਼ਾ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਈ ਦੂਜੇ ਪ੍ਰੋਜੈਕਟਸ ਵਿੱਚੋਂ ਬਾਹਰ ਕਰ ਦਿੱਤਾ ਵੀ ਹੋ ਜਾਂਦਾ ਐਦਾਂ ਹੁੰਦਾ ਰੀਜ਼ਨ ਇਹ ਹੈ ਨਾ ਹੁੰਦਾ ਹੀ ਇਹ ਮਤਾਂ ਇਹ ਲਿੰਕਸ ਕਿਉਂਕਿ ਹਰ ਇੱਕ ਬੰਦਾ ਕੋਈ ਨਾ ਕੋਈ ਕਿਸੇ ਮਤਲਬ ਲਾਈਕ ਜੇ ਸੁਪੋਜ਼ ਕਰੋ ਅੱਜ ਮੈਂ ਆ ਸ਼ੂਟ ਤੇ ਆ ਰਾਈਟ ਇੱਥੇ ਜੇ 10 ਬੰਦੇ ਨੇ ਉਹਨਾਂ ਚੋਂ ਕੋਈ ਇੱਕ ਦੋ ਤਾਂ ਅਗਲੇ ਸ਼ੂਟ ਤੇ ਕਨੈਕਟ ਹੋਊਗਾ ਹੀ ਕੋਈ ਸਪੌਟ ਲਾ ਲਓ ਕੋਈ ਕੋਈ ਮੇਕਅਪ ਲਾ ਲਓ ਕੋਈ ਡਾਇਰੈਕਸ਼ਨ ਟੀਮ ਚਲਾ ਲਓ ਹਨਾ ਤੇ ਚੀਜ਼ਾਂ ਬਾਹਰ ਜਾਂਦੀਆਂ ਜਾਂਦੀਆਂ ਨੇ ਕਿ ਅੱਛਾ ਉਹਨੇ ਆਇਆ ਕਿ ਆ ਨਹੀਂ ਯਾਰੋ ਵੀਰੇ ਇਹਨੂੰ ਨਹੀਂ ਲੈਣਾ ਨਹੀਂ ਨਹੀਂ ਤਾਂ ਐਵੇਂ ਤਾਂ ਐ ਮੇਰੇ ਨਾਲ ਬੜਾ ਹੋ ਜਾਂਦਾ ਹੁਣ ਮੈਂ ਹੁਣ ਜੇ ਫੀਲ ਕਰਨ ਲੱਗੀਆਂ ਉਹ ਜਦੋਂ ਤੱਕ ਤੇ ਮੈਂ ਸੈੱਟ ਤੇ ਜਾ ਕੇ ਜਸਟ ਇੱਕ ਡਾਲ ਵਾਂਗੂ ਓਕੇ ਪਪੇਟ ਵਾਂਗੂ ਲਾ ਲਓ ਕਿ ਬਸ ਐਵੇਂ ਕੀਤਾ ਓਕੇ ਡਨ ਜੀ ਹਾਂ ਹਾਂ ਹਾਂਜੀ ਸਰ ਆਪ ਆ ਲੈਣੇ ਆ ਗਏ ਉਦੋਂ ਤੱਕ ਮੈਂ ਠੀਕ ਸੀ ਜਦੋਂ ਆਫ ਕੋਰਸ ਯਾਰ ਜਦੋਂ ਤੁਸੀਂ ਮੈਨੂੰ ਲੱਗਦਾ ਮੈਂ 100 ਪਲੱਸ ਗਾਣੇ ਕਰ ਲਏ ਨੇ ਰਾਈਟ 100 ਪਲੱਸ ਕੋਈ ਛੋੜੇ ਗਾਣੇ ਨਹੀਂ ਹੁੰਦੇ ਹਨਾ ਤੇ ਤੁਹਾਨੂੰ ਕਿੰਨਾ ਕੁ ਨੋਲੇਜ ਹੈ ਨਵੇਂ ਡਾਇਰੈਕਟਰਾਂ ਨਾਲ ਇੰਨਾ ਕੰਮ ਕੀਤਾ ਪੁਰਾਣਿਆਂ ਨਾਲ ਕੰਮ ਕੀਤਾ ਹਨਾ ਹਰ ਇੱਕ ਹਰ ਇੱਕ ਸੈਟ ਤੇ ਤੁਸੀਂ ਐਕਸਪੀਰੀਅੰਸ ਲੈ ਕੇ ਆਉਨੇ ਹੋ ਤੇ ਕਈ ਡਾਇਰੈਕਟਰ ਤੁਹਾਨੂੰ ਮਤਲਬ ਮੇਰੇ ਨਾਲ ਬਿਲਕੁਲ ਫਰੈਸ਼ਰ ਡਾਇਰੈਕਟਰਸ ਨੇ ਵੀ ਕੰਮ ਕੀਤਾ ਜਿਨ੍ਹਾਂ ਦੀ ਫਰਸਟ ਫਰਸਟ ਵੀਡੀਓ ਸੀਗੀਆਂ ਤੇ ਮੈਂ ਉੱਥੇ ਲਾ ਲਉ ਕਿ ਮੇਰਾ ਕੋਈ 80 ਗਾਣਾ ਕੋਈ 85ਵਾਂ ਗਾਣਾ ਰਾਈਟ ਤੇ ਕਿਸੇ ਦਾ ਪਹਿਲਾ ਹੀ ਗਾਣਾ ਹੈ ਫਰਕ ਤੇ ਹੈ ਨਾ ਮੰਨਿਆ ਚਲੋ ਇੱਕ ਡਾਇਰੈਕਟਰ ਨੂੰ ਮੈਂ ਹਮੇਸ਼ਾ ਭਾਵੇਂ ਕੋਈ ਨਵੀਆਂ ਮੈਂ ਹਮੇਸ਼ਾ ਸਰ ਕਹਿ ਕੇ ਬੁਲਾਉਂਦੀ ਆ ਹਨਾ ਕਿ ਚਲੋ ਠੀਕ ਆ ਉਹਨਾਂ ਦਾ ਇੱਕ ਵੱਡਾ ਉਹਦਾ ਕਿ ਸਾਰਾ ਸੈੱਟ ਉਹਨਾਂ ਨੇ ਸਾਂਭਣਾ ਆਪਾਂ ਤੇ ਚਲੋ ਆਉਣਾ ਪਹਿਲੇ ਲੈਣੀ ਕੰਮ ਕਰਨਾ ਚੱਲ ਜਾਣਾ ਤੇ ਜੇ ਉਹਨਾਂ ਨੂੰ ਮੈਂ ਕਹਿ ਦੇਣਾ ਕਿ ਸਰ ਨਹੀਂ ਆਪਾਂ ਹੁਣ ਜੇ ਕਿਉਂਕਿ ਹੁਣ ਮੈਂ ਕਹਿ ਦਿੰਨੀ ਆ ਮੇਰੇ ਤੋਂ ਨਹੀਂ ਚੁੱਪ ਹੁੰਦਾ ਰਹਿ ਹੁੰਦਾ ਕਿ ਨਹੀਂ ਸਰ ਆ ਜਿੱਦਾਂ ਪਾਏ ਨਹੀਂ ਇਹ ਚੀਜ਼ ਇਦਾਂ ਜੇ ਬੈਟਰ ਹੋਊਗੀ ਮੈਨੂੰ ਲੰਦਾ ਅੱਛਾ ਹਣ ਤੁਹਾਨੂੰ ਦੱਸੇਗੀ ਹੁਣ ਤੁਹਾਨੂੰ ਜ਼ਬਾਨ ਲੱਗ ਗਈ ਹਾਂ ਕਿ ਉਹ ਹੋ ਹਾਂ ਚਾਰ ਗਾਣੇ ਕਰ ਲੈਣਾ ਹੁਣ ਫਿਲਮਾਂ ਆਉਂਦੀਆਂ ਹੁਣ ਐ ਹੋਣ ਦਿਆ ਮਤਲਬ ਲਾਈਕ ਮੈਂ ਕਿ ਆ ਡਿਸ ਨਾਰਮਲ ਜੀ ਤੁਸੀਂ ਕਿਸੇ ਨੂੰ ਸੁਜੈਸ਼ਨ ਦੇਂਦੇ ਕਿ ਢੀ ਗੱਲ ਹੋ ਗਈ ਏ ਤੇ ਨਹੀਂ ਜਾਂਦੇ ਬਹੁਤ ਕੋਈ ਸਮਝਦਾਰੀ ਲਾਉ ਜੋ ਸੁਜੈਸ਼ਨ ਕੁੜੀ ਦੇ ਮੂੰਹੋਂ ਆ ਰਹੀ ਹੈ ਕਿਉਂਕਿ ਮੈਨੂੰ ਇੱਥੇ ਮੈਨੂੰ ਡਾਇਰੈਕਟਰਾਂ ਦੀ ਗਲਤੀ ਨਹੀਂ ਲੱਗਦੀ ਮੈਂ ਤੁਹਾਨੂੰ ਐਵੇਂ ਕਹਾਂ ਮੈਨੂੰ ਨਾ ਕੁੜੀਆਂ ਦੀ ਗਲਤੀ ਲੱਗਦੀ ਰੀਜ਼ਨ ਪੁੱਛੋ ਕਿਉਂਕਿ ਉਹ ਬੋਲੀਆਂ ਹੀ ਨਹੀਂ ਸ਼ੁਰੂ ਬੋਲੀਆਂ ਹੀ ਨਹੀਂ ਆਉਂਦੀਆਂ ਮੇਕਅਪ ਕਰਾਉਂਦੀਆਂ ਚੇਂਜ ਕੀਤਾ ਸ਼ਾਟ ਦਿੱਤਾ ਘਰ ਨੂੰ ਪਤਾ ਨਹੀਂ ਕਿਉਂ ਨਹੀਂ ਮਤਲਬ ਕਿਉਂ ਨਹੀਂ ਆਪ ਦਾ ਕੁਝ ਚੀਜ਼ਾਂ ਰਾਦੀਆਂ ਕਿ ਯਾਰ ਆਪਣਾ ਵੀ ਸਾਡਾ ਵੀ ਕੋਈ ਵਿਜ਼ਨ ਹੈ ਓਕੇ ਤੁਸੀਂ ਡੇਲੀ ਡੇਲੀ ਸੈੱਟ ਤੇ ਕੰਮ ਕਰ ਰਹੀਆਂ ਜੇ ਤੁਸੀਂ ਦੱਸੋ ਕਿ ਯਾਰ ਇਹ ਚੀਜ਼ ਐਵੇਂ ਹੋ ਸਕਦੀ ਆ ਆਪਾਂ ਐ ਕਰ ਲਈ ਸਾਰਾ ਚੀਜ਼ ਐਵੇਂ ਕਰ ਲਈ ਮੈਨੂੰ ਇੱਕ ਹੁੰਦਾ ਨਾ ਐਕਸਾਈਟਮੈਂਟ ਇੱਕ ਇੱਕ ਥੋੜਾ ਵਿਜ਼ਨ ਕੁਛ ਨਹੀਂ ਮਤਲਬ ਬਿਲਕੁਲ ਓਪੀਨੀਅਨ ਹੀ ਨਹੀਂ ਹੈਗਾ ਹੈ ਹੀ ਨਹੀਂ ਮਤਲਬ ਪਤਾ ਨਹੀਂ ਕਿ ਸ਼ਾਇਦ ਕਿ ਆਹ ਨੂੰ ਯਾਰ ਪੈਸੇ ਦੋ ਅਹੀਂ ਕਰ ਜਾਣਾ ਬਸ ਕਿ ਸਿਰਫ ਜਸਟ ਇੱਕ ਹੁੰਦਾ ਨਾ ਕਿ ਦਿਹਾੜੀ ਪਾਉਣ ਆਉਣਾ ਤੇ ਬਸ ਉਹ ਚੱਲ ਜਾਣਾ ਉਹ ਕਰਕੇ ਹਾਂ ਮੈਨੂੰ ਪਤਾ ਮੈਂ ਅੱਗੇ ਕਈ ਵਾਰ ਕਹਿੰਦੀ ਮੈਂ ਇਹ ਚੀਜ਼ ਜ਼ਰੂਰ ਬੋਲਾਂਗੀ ਕਿ ਹਰ ਦੇ ਵਰਗੇ ਨੂੰ ਜਿਹੜੀਆਂ 2-4 ਬੋਲ ਲੈਂਦੀਆਂ ਨੇ ਨਾ ਸਫਰ ਬਹੁਤ ਕਰਨਾ ਪੈਂਦੇ ਆ ਬਹੁਤ ਕਰਨਾ ਪੈਂਦੇ ਆ ਮਤਲਬ ਕਈ ਵਾਰ ਤੇ ਆਉਂਦਾ ਕਿ ਯਾਰ ਛੱਡ ਪਰੇਗੀ ਤੇ ਰਹਿੰਦੇ ਆ ਹੀ ਬੋਲਦੇ ਹੀ ਨਹੀਂ ਪਰ ਕਈ ਵਾਰ ਹੁੰਦਾ ਕਿ ਕਿਉਂ ਨਾ ਬੋਲੀਏ ਲਿਖਣਾ ਕਿ ਮਤਲਬ ਸਾਡਾ ਵੀ ਵਿਜ਼ਨ ਆ ਹੁਣ ਸੀਰੀਅਸਲੀ ਮੈਂ ਮੈਨੂੰ ਇੰਨਾ ਹੁੰਦਾ ਕਿ ਯਾਰ ਬਹੁਤ ਨਿੱਕੇ ਨਿੱਕੇ ਚੀਜ਼ਾਂ ਹੁਣ ਕੀ ਕੀ ਕੋਲਾਂਗੇ ਮੈਨੂੰ ਲੱਗਦਾ ਇੱਥੇ 4-5 ਘੰਟੇ ਇੱਥੇ ਲਾ ਜਾਣੇ ਜੀ ਉਹ ਟੌਪਿਕ ਛਿੜ ਗਿਆ ਤੇ ਹਾਂ ਪਰ ਕੁੜੀਆਂ ਦੇ ਆਪ ਪਵਾਏ ਹੋਏ ਪਾੜੇ ਪਵਾੜੇ ਨਹੀਂ ਆ ਸਾਰਾ ਕੁਝ ਕਿ ਉਹ ਕਦੀ ਬੋਲੀਆਂ ਹੀ ਨਹੀਂ ਮਤਲਬ ਪਤਾ ਨਹੀਂ ਕੀ ਉਹਨਾਂ ਨੂੰ ਕਿ ਅੱਛਾ ਜੇ ਪੈਸੇ ਦੀ ਡਿਮਾਂਡ ਕਰ ਲਓ ਆ ਜੀ ਨਹੀਂ 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 ਇੰਨਾ ਤੇ ਨਹੀਂ ਹੋ ਜਾਦਾ ਮਤਲਬ ਬੜੀਆਂ ਨਿੱਕੇ ਨਿੱਕੇ ਜਿਹਦੇ ਵੜ ਹਾਸਾ ਨਿਕਲ ਜਾਂਦਾ ਮੈਨੂੰ ਯਾਰ ਮੋੜ ਕੇ ਤੁਹਾਨੂੰ ਕਹਿਣਾ ਪ੍ਰੋਮੋਸ਼ਨ ਕਰੋ ਆ ਪਾਓ ਰੀਲਾਂ ਪਾਓ ਸਟੋਰੀਆਂ ਪਾਓ ਉਹਦੇ ਪੈਸੇ ਦੇਣ ਵੇਲੇ ਤੁਹਾਨੂੰ ਉਹਦਾ ਕਿ ਨਹੀਂ ਮੈਂ ਸਾਡਾ ਤੇ ਬਜਟ ਹੀ ਨਹੀਂ ਹੂੰ ਬਹੁਤ ਖੁਸ਼ੀ ਆ ਤੇ ਪੈਸੇ ਕਰਕੇ ਹੁੰਦੀ ਹੈ ਨਾ ਬਹੁਤ ਵਾਰ ਹੁੰਦੀ ਹੈ ਬਹੁਤ ਵਾਰ ਹੁੰਦੀ ਹੈ ਮੈਨੂੰ ਲੱਗਦਾ ਕਈ ਮੈਂ ਤੁਹਾਨੂੰ ਰਸਤੇ 'ਚ ਵੀ ਆਉਂਦੀ ਕਹਿੰਦੀ ਕਿ ਆ ਗਾਣਾ ਵੀ ਮੈਂ ਕਰਨਾ ਹੈ ਪਰ ਆਮ ਨਹੀਂ ਚਲੋ ਲੈਂਦੇ ਪਹਿਿਆਂ ਕਰਕੇ ਕੋਸ਼ ਚਲੋ ਡੇਟ ਸੀ ਲੈਂਦੇ ਪਰ ਮੀਜਲੀ ਪਹਿਿਆਂ ਕਰਕੇ ਹੁੰਦਾ ਪਰ ਇਹ ਵੱਡੇ ਕਲਾਕਾਰ ਜ਼ਿਆਦਾਤਰ ਕਰਦੇ ਆ ਨਾ ਵੀ ਅਸੀਂ ਤੁਹਾਨੂੰ ਮੌਕਾ ਦੇ ਰਹੇ ਆ ਹਾਂ ਉਹਨਾਂ ਨੇ ਮੈਂ ਯਾਰ ਮੌਕੇ ਦੀ ਕਿੰਨੂ ਲੋੜ ਆ ਅੱਜ ਕੱਲ ਹਰ ਦੂਜਾ ਬੰਦਾ ਖੁਦ 'ਚ ਸਟਾਰ ਆ ਹਾਂ ਮਤਲਬ ਵੀ ਟਾਈਮ ਪੈਣਾ ਹੈ ਕਿ ਹਾਂ ਰੀਲਾਂ ਕਰਕੇ ਹੋਰ ਕੀ ਮਤਲਬ ਮੈਨੂੰ ਅਲਾਵਾ ਕਲਾਕਾਰਾਂ ਨਾਲੋਂ ਵੀ ਕਈਆਂ ਦੇ ਜ਼ਿਆਦਾ-ਜ਼ਿਆਦਾ ਫਾਲੋਅਰਸ ਨੇ ਹਨਾ ਲਾਈਕ ਇੰਨੀ ਸੋਸ਼ੀਅਲੀ ਕੀ ਹੋਣੇ ਤੇ ਪਰ ਯਾਰ ਮਿਹਨਤ ਨਹੀਂ gehdi ਰੱਖਣੀ ਚਾਹੀਦੀ ਜਿੰਨਾ ਕਿ ਵੀ ਕੋਈ ਡਿਸਰਵ ਕਰਦਾ ਹੈ ਜਾਂ ਮੰਗ ਰਿਹਾ ਠੀਕ ਆ ਥੋੜਾ ਬਹੁਤ ਉੱਪਰ ਥੱਲੇ ਚੱਲਦਾ ਹੈ ਪਰ ਇਹ ਨਹੀਂ ਕਿ ਜੇ ਕੋਈ ਲੱਖ ਮੰਗਦੇ ਤੇ ਜਮੇ ਕਹਿ ਦੋ ਕਿ 30000 ਲੈ ਲਾ ਤੇ ਆ ਜਾ ਉਹ ਤੇ ਫਿਰ ਬਹੁਤ ਆ ਗਿਆ ਇਹ ਤਾਂ ਬਹੁਤ ਜ਼ਿਆਦਾ ਧੱਕਾ ਹੋ ਗਿਆ ਧੱਕਾ ਸੋ ਸੋਸ਼ਲ ਮੀਡੀਆ ਤੇ ਆਪਾਂ ਕਹਿ ਰਹੇ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁੜੀਆਂ ਆਪਣੇ ਵਿਚਾਰ ਨਹੀਂ ਰੱਖਦੀਆਂ ਉਹਦਾ ਨੁਕਸਾਨ ਦੂਜਿਆਂ ਨੂੰ ਚੱਲਣਾ ਪੈਂਦਾ ਜਾਂ ਸਾਰਿਆਂ ਨੂੰ ਚੱਲਣਾ ਪੈਂਦਾ ਸੋ ਅੱਜ ਦੀ ਡੇਟ ਤੇ ਤੁਹਾਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਮਾਹੌਲ ਇਦਾਂ ਦਾ ਬਣ ਗਿਆ ਹੈ ਕਿ ਅਸੀਂ ਵਿਚਾਰ ਆਪਣੇ ਰੱਖ ਹੀ ਨਹੀਂ ਸਕਦੇ ਖਾਸ ਤੌਰ ਤੇ ਕੁੜ ਜੇ ਕੋਈ ਕੁੜੀ ਖੁੱਲ ਕੇ ਬੋਲਦੀ ਐ ਤੇ ਉਹ ਬੜੇ ਰੋਕ ਆ ਜਾਂਦੇ ਉਹਨਾਂ ਨੂੰ ਚੁੱਪ ਕਰਾਣ ਲਈ ਮੈਂ ਤਾਂ ਐਈ ਐ ਯਾਰ ਜਿੰਨਾ ਮਰਜੀ ਤੁਸੀਂ ਆਖੋ ਏ ਮੈਨ ਹੀ ਡੋਮੀਨੇਟ ਕਰਦੇ ਨੇ ਆਲਵੇਸ ਕੁੜੀਆਂ ਭਾਵੇਂ ਅੱਗੇ ਨਿਕਲ ਗਈਆਂ ਨੇ ਜਾਂ ਜਿਹੜੀ ਵੀ ਫਿਲਚ ਲਾ ਲਓ ਕਿ ਨਹੀਂ ਕੁੜੀਆਂ ਅੱਗੇ ਨੇ ਅੱਗੇ ਨੇ ਪਰ ਨਹੀਂ ਯਾਰ ਅੱਜ ਵੀ ਉਹ ਗੱਲ ਨਹੀਂ ਬਣੰਦੀ ਲਾਈਕ ਮੁੰਡਾ ਸਪਰੈਸ ਕਰ ਹੀ ਦਿੰਦਾ ਕਿਤੇ ਨਾ ਕਿਤੇ ਬਸ ਕੀ ਆਖੀਆ ਆਪਣੇ ਆਪਣੇ ਵਿਚਾਰਧਾਰਾ ਨੇ ਹੁਣ ਮੈਂ ਕੁਝ ਕਹਿ ਦਵਾ ਇੱਥੇ ਕਿਸੇ ਨੂੰ ਇਕੱਲ ਹੀ ਵੇਖਿਓ ਜਰਾ ਤੁਸੀਂ ਯਾਰ ਜਿੱਦ ਨੇ ਇੰਟਰਵਿਊ ਦਿੱਤਾ ਹੀ ਉਹ ਹੋਆ ਕੀ ਬੋਲ ਆ ਇਹ ਤੇ ਹੈ ਹੀ ਇਦਾਂ ਦੀ ਇਹ ਤਾਂ ਇਹ ਇਹ ਤਾਂ ਉਹ ਚਲੋ ਕੰਮ ਕਰਾਓ ਨਹੀਂ ਤੁਹਾਡੇ ਨਾਲ ਕਰਿਆ ਪਰ ਯਾਰ ਇਟਸ ওকে ਫਿਰ ਮੈਨੂੰ ਇੱਕ ਦੂਜਾ ਮੈਂ ਉੱਥੇ ਉਹ ਵੀ ਸੋਧਿਆ ਮੈਂ ਕਹਿੰਦੀ ਜਿੰਨੂ ਇੱਕ ਟੈਲੈਂਟ ਦੀ ਪਛਾਣ ਹੋਊਗੀ ਨਾ ਕਿ ਯਾਰ ਉਹ ਚੀਜ਼ ਉਹ ਨਾ ਉਡਣਾ ਬਹੁਤ ਸੋਹਣਾ ਕਰਦੀ ਏ ਜਾਂ ਨਹੀਂ ਉਹਦੀ ਐਕਸਪ੍ਰੈਸ਼ਨ ਬਹੁਤ ਸੋਹਣੇ ਨੇ ਜਾਂ ਨਹੀਂ ਯਾਰ ਉਹ ਆ ਚੀਜ਼ ਬਹੁਤ ਸੋਹਣੀ ਕਰਦੀ ਜੇ ਥੋੜ ਨੂੰ ਲਾਈਕ ਉਹ ਅਗਲੇ ਬੰਦੇ ਨੂੰ ਥੋੜੀ ਉਹ ਚੀਜ਼ ਚ ਨੀਡ ਹੋਗੀ ਨਾ ਉਹ ਬੁਲਾਊਗਾ ਹੀ ਬੁਲਾਊਗਾ 노 ਮੈਟਰ ਤੁਸੀਂ ਕੀ ਬੋਲੇ ਕਿ ਕੋਈ ਮਰਜੀ ਹੋਏ ਭਾਵੇਂ ਕਈਆਂ ਨੇ ਮੈਂ ਕੀਤਾ ਮੈਂ ਨਾ ਰੀਸੈਂਟਲੀ ਹੁਣੇ ਕੋਈ ਬੰਦਾ ਸੀ ਉਹਦੇ ਨਾਲ ਮੈਂ ਸਾਲ ਹੀ ਹੋ ਗਿਆ ਲੱਗ ਆਪਣੀ ਗੱਲ ਨਹੀਂ ਸੀ ਹੋ ਰਹੀ ਆਪਾਂ ਪਹਿਲਾਂ ਕੰਮ ਇਕੱਠੇ ਕਰ ਰਹੇ ਸੀ ਫਿਰ ਕੋਈ ਚੀਜ਼ ਹੋ ਗਈ ਆਪਣੀ ਗੱਲ ਨਹੀਂ ਹੋਈ ਰਾਈਟ ਹੈ ਨਾ ਉਹ ਵੀ ਨਿਰਾਸ਼ ਸੀ ਮੈਂ ਵੀ ਨਰਾਜ਼ ਹੋ ਗਈ ਫਿਰ ਜਦੋਂ ਉਹਨਾਂ ਨੂੰ ਫੀਲ ਹੋਇਆ ਹੁਣ ਰੀਸੈਂਟ ਆਪਾਂ ਫਿਰ ਗੱਲ ਕੀਤਾ ਹੁਣ ਜਦੋਂ ਉਹਨਾਂ ਨੂੰ ਫੀਲ ਹੋਇਆ ਕਿ ਨਹੀਂ ਯਾਰ ਉਹ ਚੀਜ਼ ਗੀਤ ਹੀ ਦਊਗੀ ਉੱਥੇ ਆ ਕੇ ਹੈ ਨਾ ਕੁਝ ਚੈਰਾ ਹੀ ਲਾ ਲੋ ਕੋਈ ਚੀਜ਼ ਵਧੀਆ ਲੱਗਦੀ ਏ ਜਾਂ ਕੋਈ ਕੋਈ ਵੀ ਚੀਜ਼ ਲਾ ਲੋ ਰਾਈ ਕਰੈਕਟਰ ਵੀ ਕੈਰੈਕਟਰ ਜਿਹੜਾ ਫੱਬ ਜਾਂਦਾ ਹਨਾ ਤੇ ਫੇਰ ਆਏ ਫੇਰ ਬੋਲੇ ਆਪਾਂ ਫੇਰ ਕੰਮ ਕੀਤਾ ਉਹਨਾਂ ਨੇ ਕੰਮ ਕਰ ਲਿਆ ਹੀ ਪਹਿਲਾਂ ਆਲਰੇਡੀ ਮੇਰੇ ਤੋਂ ਬਾਅਦ ਵੀ ਇੱਕ ਦੋ ਕੁੜੀਆਂ ਨਾਲ ਹਨਾ ਪਰ ਉਹਨਾਂ ਦੀ ਉਹ ਚੀਜ਼ ਨਹੀਂ ਵਰਕ ਕੀਤੀ ਰਾਈ ਤੇ ਮੈਂ ਵੀ ਉਹਨਾਂ ਨੂੰ ਮੈਂ ਉਹਨਾਂ ਨੂੰ ਮੂੰਹ ਤੇ ਕਹਿੰਦਾ ਹਾਂ ਮੈਂ ਤੁਹਾਨੂੰ ਲੱਗਾ ਨਾ ਪਤਾ ਮਤਲਬ ਜੀ ਮੇਰੇ ਮਿਹਣਾ ਨਹੀਂ ਸਰਨਾ ਨਹੀਂ ਸਰਨਾ ਤੇ ਚਲੋ ਸਭ ਦਾ ਸਰਦਾ ਆ ਸਰਨ ਨੂੰ ਤੇ ਕੀ ਏ ਪਰ ਜਿਹੜੀ ਗੁਣ ਰabb ਨੇ ਨਹੀ ਗੱਲਾਂ ਨੇ ਇੱਕ ਥੋੜੀ 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 ਗੁਣ ਡਿਫਰੈਂਟ ਨੇ ਸਭ ਚ ਪਾਏ ਹੁੰਦੇ ਨੇ ਕਿਸੇ ਨੂੰ ਬੋਲਣ ਦਾ ਬੜਾ ਵਾਲ ਹੁੰਦਾ ਹੂੰ ਕਈਆਂ ਨੂੰ ਅਦਾਵਾਂ ਦਾ ਬੜਾ ਵਾਲ ਬੋਲਣ ਦਾ ਵੀ ਤੁਹਾਨੂੰ ਸੋਹਣਾ ਵਾਲ ਹੈ ਹੂੰ ਤੇ ਕਈ ਉਹੀ ਅੱਖਣਾ ਹੀ ਨਹੀਂ ਗੱਲਾਂ ਕਰ ਲੈਂਦੇ ਨੇ ਹਣਾ ਮਤਲਬ ਹਰ ਇੱਕ ਦਾ ਇੱਕ ਇੱਕ ਗੁਣ ਦਾ ਬਸ ਉਹ ਗੁਣ ਪਛਾਣਨ ਦੀ ਵੇਟ ਹੁੰਦੀ ਹੈ ਯਾਰ ਅੱਛਾ ਮੇਰੇ ਦਾ ਇਹ ਪਲੱਸ ਪੁਆਇੰਟ ਆ ਅਸੀਂ ਇਹਨੂੰ ਅੱਗੇ ਲਿਆ ਸਕਦੇ ਹਾਂ ਸੋ ਆਪਣੇ ਵਿਚਾਰ ਪੇਸ਼ ਕਰਨ ਦੀ ਗੱਲ ਹੋ ਰਹੀ ਸੀ ਕਿਰੇ ਤੁਹਾਡੇ ਨਾਲ ਇਦਾਂ ਹੋਇਆ ਵੀ ਕੋਈ ਗੱਲ ਤੁਸੀਂ ਕਰ ਦਿੱਤੀ ਕਿਤੇ ਵੀ ਸੋਸ਼ਲ ਮੀਡੀਆ ਤੇ ਅਦਰਵਾਈਜ਼ ਕਿਸੇ ਮੀਡੀਆ ਪਲੈਟਫਾਰਮ ਤੇ ਨ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਸ਼ਾਇਦ ਮੈਂ ਜ਼ਿਆਦਾ ਬੋਲਦੀ ਮੈਂ ਸਹੀ ਦੱਸਾਂ ਮੈਂ ਸੋਚ ਲਿਆ ਕਿ ਬੋਲਦੀ ਬਹੁਤ ਘੱਟ ਆ ਮਤਲਬ ਮੈਂ ਨਹੀਂ ਮੈਂ ਸਨੈਪਸ ਨੂੰ ਚਿੱਟਾ ਪਉਂਦੀ ਨਹੀਂ ਉਹ ਵੀ ਹੁਣ ਜੀ ਸ਼ੁਰੂ ਕੀਤਾ ਹੈ ਲੋਕਿਆਂ ਦੇ ਤੁਹਾਡੀ ਆਵਾਜ਼ ਬੜੀ ਸੁਣੀਏ ਕੁਝ ਲੈਂਗੁਏਜ ਕਰਕੇ ਕਿ ਤੁਸੀਂ ਪਾਇਆ ਕਰੋ ਤੇ ਮੈਂ ਜਿਹਦੇ ਪਾਪ ਉਹਦੀ ਨਹੀਂ ਰੀਜ ਰੂਜ ਹੀ ਵਧੇ ਜਦੋਂ ਚਾਹੁੰਦੀ ਤੇ ਮੈਂ ਚੱਲ ਠੀਕ ਆ ਪਰ ਮੈਂ ਇਦਾਂ ਕੋਈ ਮੈਂ ਤੁਹਾਨੂੰ ਅਖਾ ਵੋਲਿਆ ਨਹੀਂ ਮੇਰਾ ਗੁੱਸਾ ਤਾਂ ਕੇਵਰ ਮੈਨੂੰ ਬੜਾ ਹੁੰਦਾ ਕਈਆਂ ਤੇ ਮੈਂ ਆ ਆ ਕੇ ਅੱਜ ਲਈ ਬੋਲ ਹੀ ਦੇਣਾ ਪਰ ਮੈਂ ਨਹੀਂ ਮੈਂ ਕਿਉਂ ਕਿਸੇ ਨੂੰ ਅਟੈਂਸ਼ਨ ਦਵਾ ਨਹੀਂ ਫਿਰ ਮੈਂ ਸਪਰੈਸ ਹੋ ਜene ਮੈਂ ਛੱਡ ਪਰਿਆ ਯਾਰ ਕਿ ਕੋਈ ਚੱਕਰ ਨਹੀਂ ਰਹਿਣ ਦੋ ਪਰੇ ਨਹੀਂ ਆ ਰਿਹਾ ਇਥੇ ਬਲੌਕ ਕੀਤੇ ਤੁਸੀਂ ਬੰਦੇ ਬੜੇ ਬੜੇ ਬੰਦੇ ਲਾਈਕ ਵਾਦੂ ਮੈਨੂੰ ਲੱਗਦਾ ਅੱਦਿਸ ਜਾਲਿਸਟ ਮੇਰੀ ਬਲੌਕ ਲਿਸਟ ਨਾ ਪੜੀ ਹੋਈ ਹੈ ਮੈਂ ਕਿਉਂ ਕਮੈਂਟਾਂ ਕਮੈਂਟ ਹੀ ਉਹਦਾ ਕਾਰਨ ਹੁੰਦਾ ਬਲੌਕ ਕਰਨ ਦਾ ਜਾਂ ਹੋ ਈ ਕਈ ਵਾਰ ਮਤਲਬ ਛੋਟੀ ਛੋਟੀ ਜਿਹੀ ਗੱਲਾਂ ਮੈਨੂੰ ਨਾ ਐਕਚੁਅਲੀ ਮੈਂ ਸ਼ਾਰਟ ਟੈਂਪਰਡ ਹਾਂ ਮੈਂ ਤੁਹਾਨੂੰ ਐਵੇਂ ਕਹਾਂ ਮੈਨੂੰ ਮਿੰਟ ਚ ਹੀ ਤਾਂ ਗੁੱਸਾ ਆ ਜਾਂਦਾ ਮਿੰਟ ਚ ਮੇਰਾ ਨਾਰਮਲ ਹੋ ਜਾਂਦਾ ਤੇ ਜਿਹੜਾ ਮਿੰਟ ਵਾਲਾ ਗੁੱਸਾ ਹੁੰਦਾ ਨਾ ਉਹ ਬਹੁਤ ਕੁਝ ਗੜਬੜ ਕਰਾ ਦਿੰਦਾ ਪਰ ਮੈਂ ਕੰਟਰੋਲ ਕਰਨ ਦੀ ਟਰਾਈ ਕਰ ਰਹੀ ਹਾਂ ਕਿ ਥੋੜਾ ਹੁਣ ਮੈਂ ਸਹੀ ਰਿਹਾ ਕਰਾਂ ਪਰ ਮੈਨੂੰ ਲੱਗਦਾ ਨਹੀਂ ਕੋਈ ਫਰਕ ਖਾਸ ਪੈਣਾ ਹੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਵਿਚਾਰ ਆਪਣੇ ਜੇ ਕੁੜੀਆਂ ਖੁੱਲ ਕੇ ਰੱਖਦੀਆਂ ਨੇ ਤੇ ਉਹਦੀ ਬੜੀ ਇੱਕ ਸਟਰੋਂਗ ਜੀ ਪ੍ਰਤੀਕਿਰਿਆ ਲੋਕਾਂ ਦੇ ਸਾਹਮਣੇ ਆਉਂਦੀ ਹੈ

you can use these pills hmm. Hmm. so ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਵਿਜੇ ਤੇਰੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਕੋਈ ਤੇਰਾ ਗਲਤ ਫਾਇਦਾ ਚੱਕਦਾ ਤੇ ਤੂੰ ਰੁਕਣਾ ਨਹੀਂ ਹੈਗਾ ਤਾਂ ਵੀ ਅੱਗੇ ਚੱਲਦੇ ਰਹਿਣਾ ਵੀ ਆਪਣੀ ਜ਼ਿੰਦਗੀ ਜੀਣਾ ਛੱਡ ਨਹੀਂ ਦੇਣਾ ਪਰ ਉਹ ਜਿਵੇਂ ਰੀਲਾਂ 'ਚ ਲੋਕੀ ਕੱਟ ਵੱਢ ਕੇ ਪਾ ਦਿੰਦੇ ਆ ਸੋ ਇਸ ਤਰੀਕੇ ਨਾਲ ਲੋਕਾਂ ਨੇ ਪਾਇਆ ਕਿ ਉਹਦਾ ਇੱਕ ਅਲੱਗ ਹੀ मीनिंग ਨਿਕਲ ਗਿਆ ਐਂਡ ਉਹ ਤੁਸੀਂ ਲਾ ਲਓ ਵੀ ਜਿਹੜੇ ਦਰਬਾਰ ਹੁੰਦੇ ਆ ਉੱਥੋਂ ਤੱਕ ਉਹ ਗੱਲ ਪਹੁੰਚ ਗਈ ਮਤਲਬ ਬਾਬੇ ਵੀ ਕਹਿ ਰਹੇ ਆ ਕਿ ਵੀ ਫਿਲਮਾਂ ਵਾਲੀ ਕੁੜੀ ਇਦਾਂ ਬੋਲਦੀ ਐ ਸੋ ਜਦੋਂ ਇਹੋ ਜੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਫਿਰ ਡਰ ਲੱਗਦਾ ਵੀ ਨਹੀਂ ਹਾਂ ਤੇ ਆਫਕਾਸ ਲੱਗੋ ਗਈ ਬੜੀ ਮਾਪ ਤੋੜ ਕੇ ਬੋਲਣਾ ਪੈਣਾ ਹੈ கரੈਕਟ ਇਹ ਤੇ ਚੀਜ਼ਾਂ ਹੈਗੀਆਂ ਨਹੀਂ ਯਾਰ ਬਹੁਤ ਚੀਜ਼ਾਂ ਪਤਾ ਕੀ ਹੁੰਦਾ ਜੇ ਤੁਸੀਂ ਮਾੜਾ ਜਿਵੇਂ ਇਧਰ ਉਧਰ ਬੋਲਤਾ ਨਾ ਕਿਉਂਕਿ ਅੰਟੀ ਨਾਲ ਤੁਸੀਂ ਨਹੀਂ ਬੋਲਦੇ ਇੱਕ ਇਮੇਜ ਹੁਣ ਮੈਂ ਜਿਵੇਂ ਆ ਮੈਨੂੰ ਲੋਕੀ ਜਦੋਂ ਮੇਰੀ ਪ੍ਰੋਫਾਈਲ ਖੋਲਦੇ ਨੇ ਕੀ ਜਾਂਦਾ ਵੇ ਇਹ ਬੜੀ ਕਿਊਟ ਜੀ ਆ ਸ਼ਾਂਤ ਜੀ ਹੋਗੀ ਹੱਸਦੀ ਰਹਿੰਦੀ ਆਹੀ ਆਹੀ ਮਾਇੰਡ ਤੁਹਾਡਾ ਜਾਂਦਾ ਕਿਉਂਕਿ ਮੇਰੀ ਪ੍ਰੋਫਾਈਲ ਉਦੋਂ ਦੀ ਹੈ ਹਨਾ ਤੇ ਜਿਵੇਂ ਤੁਸੀਂ ਮੂੰਹ ਖੋਲਿਆ ਹੁਣ ਮੈਂ ਮੈਨੂੰ ਪਤਾ ਮੈਂ ਲਾਊਡ ਤੁਹਡੀ ਵੇਖਣ ਤੇ ਬੋਲਣ ਚ ਬੜਾ ਓਏ ਮਤਲਬ ਲਿਖਣਾ ਜਿਵੇਂ ਮੈਂ ਕੁਝ ਵੀ ਮਾੜਾ ਜਿਹਾ ਵੀ ਐਵੇਂ ਚੱਲਦੀ ਲੈਣ ਐਵੇਂ ਕਰਦੀ ਨਾ ਜੋ ਸਾਰਾ ਹੀ ਐਵੇਂ ਹੋਣਾ ਸਮਝ ਗਿਓ ਹੁਣ ਉਹ ਉੱਤੋਂ ਕਟਿੰਗ ਆਦੀ ਗੱਲ ਜੇ ਤੁਸੀਂ ਕੀਤੀ ਏ ਹੁਣ ਆ ਜੀ ਲਾਈਨ ਬੋਲੀ ਇਹਨੂੰ ਕੱਟ ਕੇ ਕਿਤੇ ਕਿਤੇ ਫਿਕਸ ਕਰ ਦੋ ਤੇ ਕਿੱਥੇ ਜਾਂਦੀ ਇਧਰ ਦੀ ਗੱਲ ਨੂੰ ਇਧਰ ਜੋੜ ਦੋ ਕਿਉਂਕਿ ਉਹ ਕਿਸੇ ਬਾਰੇ ਬੋਲ ਆਈ ਉਥੇ ਭਾਵੇਂ ਮੈਂ ਕਿਸੇ ਦਾ ਨਾਮ ਵੀ ਨਹੀਂ ਲਿਆ ਬਸ ਨਾਮ ਉਹਨਾਂ ਨੇ ਆਪੇ ਲਿਖ ਦੇਣਾ ਆਪੇ ਲਿਖ ਦੇਣਾ ਹਨਾ ਕਿ ਮਤਲਬ ਯਾਰ ਇਹ ਨਾ ਹੈ ਸੋਸ਼ਲ ਮੀਡੀਆ ਲਾਈਕ ਬਹੁਤ ਡੇਂਜਰਸ ਵੀ ਹੈ ਤੇ ਵਧੀਆ ਵੀ ਹੈ ਬਟ ਆਪਾਂ ਕੁਝ ਕਹਿ ਨਹੀਂ ਸਕਦੇ ਸੋ ਆਪਾਂ ਰੀਲਾਂ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਲੱਗਦਾ ਵੀ ਰੀਲਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਨੁਕਸਾਨ ਆਪੇ ਹੀ ਕਰਨਗੇ ਜਿਹੜੇ ਕਰਨਗੇ ਨਹੀਂ ਨੁਕਸਾਨ ਦਿਖਾਵਾ ਲਾਓ ਪਰ ਠੀਕ ਆ ਕੰਟੈਂਟ ਨਹੀਂ ਮਤਲਬ ਲਾਈਕ ਉਹ ਹੀ ਉਹ ਫੈਮਲੀਆਂ ਵੀ ਲਾ ਲਓ ਹਨਾ ਮਤਲਬ ਸਾਰੇ ਸੋਸ਼ਲ ਮੀਡੀਆ ਤੇ ਆ ਗਏ ਨੇ ਐਕਟਿਵ ਬਾਡੇ ਕਰਕੇ ਕਿ ਚਲੋ ਅਸੀਂ ਇਸ ਲਾਈਨ ਚਾ ਕਿੰਦਾ ਰੀਲਾਂ ਰੋਲਾਂ ਵੇਖਦੇ ਨੇ ਕੁਝ ਕੰਟੈਂਟ ਇਦਾਂ ਦਾ ਹੈ ਜਿਹੜਾ ਤੁਸੀਂ ਨਹੀਂ ਦੇਖ ਸਕਦੇ ਲਾਈਕ ਲੋਕੀ ਕੁਝ ਵੀ ਪੋਸਟ ਕਰ ਰਹੇ ਨੇ ਹਨਾ ਮਤਲਬ ਕੁਝ ਵੀ ਦਾ ਮਤਲਬ ਤੁਸੀਂ ਸਮਝ ਹੀ ਗਏ ਉਹ ਕੁਝ ਵੀ ਜਿਹਦਾ ਕੋਈ ਹੈ ਹੀ ਨਹੀਂ ਤੱਕ ਉਹ ਚੀਜ਼ਾਂ ਥੋੜੀਆਂ ਜਿਹੀ ਕਿਤੇ ਕੰਟਰੋਲ ਚ ਹੋ ਜਾਣਾ ਤੇ ਮਤਲਬ ਇੱਕ ਐਂਟਰਟੇਨਮੈਂਟ 베ਸ ਤੇ ਰਹਿਣਾ ਚਾਹੀਦਾ ਯਾਰ ਆ ਸਭ ਚੀਜ਼ਾਂ ਮਤਲਬ ਲੋਕੀ ਨਾ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਚ ਸੀਰੀਅਸ ਲੈ ਗਏ ਨੇ ਮੇਰੇ ਦੇ ਤੋਂ ਜ਼ਿਆਦਾ ਫੋਲੋਅਰਸ ਹੋਣੇ ਚਾਹੀਦੇ ਨੇ ਮੇਰੇ ਦੇ ਤੋਂ ਜ਼ਿਆਦਾ ਲਾਈਕ ਐਂਡ ਇੰਗੇਜਮੈਂਟ ਦੇ ਪਿੱਛੇ ਇੰਨੇ ਅੰਨੇ ਹੋ ਗਏ ਨੇ ਕਿ ਅਸੀਂ ਹੁਣ ਕੋਈ ਲਿਮਿਟ ਰਹੀ ਨਹੀਂ ਗਈ ਅਸੀਂ ਜਿਵੇਂ ਜਦੋਂ ਬੰਦਾ ਆਪਣੀ ਪਰਸਨਲ ਲਾਈਫ ਵੀ ਅੱਗੇ ਲੈ ਕੇ ਆਉਂਦਾ ਕੋਈ ਫਿਲਟਰ ਹੀ ਨਹੀਂ ਹੈਗਾ ਕਿ ਲੋਕ ਅੰਦਰ ਤੱਕ ਯੂ نو ਘਰ ਦੀ ਉਹ ਗੱਲ ਵੀ ਦੱਸ ਦਿੰਦੇ ਆ ਜਿਹੜੀ ਸ਼ਾਇਦ ਆਪਾਂ ਘਰ ਦੇ ਦੂਜੇ ਸਦਸਿਆਂ ਨੂੰ ਨਹੀਂ ਦੱਸਦੇ ਹੁੰ ਉਹ ਅਸੀਂ ਪਬਲਿਕ ਨਾਲ ਸ਼ੇਅਰ ਕਰ ਰਹੇ ਹਾਂ ਬਸ ਵੀਊਜ਼ਲੀ ਲਾਈਕਲੀ ਦੈਟਸ ਇਟ ਕਿ ਅੱਛਾ ਸਾਡੀ ਵਿਊਜ਼ ਜ਼ਿਆਦਾ ਹੋਣਗੇ ਸਾਨੂੰ ਉਹ ਜ਼ਿਆਦਾ ਆਉਣਗੇ ਕੀ ਹੁੰਦੇ ਪ੍ਰੋਮੋਸ਼ਨਸ ਜ਼ਿਆਦਾ ਆਉਣਗੀਆਂ ਚਾਰ ਪੈਸੇ ਜ਼ਿਆਦਾ ਕਮਾ ਲਾਂਗੇ ਨਹੀਂ ਯਾਰ ਮਤਲਬ ਪਰਸਨਲ ਲਾਈਫ ਉਹੀ ਗੱਲ ਹੈ ਨਾ ਜਿੰਨੀ ਜ਼ਿਆਦਾ ਤੁਸੀਂ ਸੋਸ਼ਲ ਮੀਡੀਆ ਤੇ ਦੱਸਦੇ ਹੋ ਉਨਨੇ ਖਰਾਬ ਹੋ ਜਾਂਦਾ ਕਈਆਂ ਦੇ ਤੇ ਮੈਂ ਹੁਣ ਵੇ ਵੇਖ ਕੇ ਕਈ ਵਾਰ ਹੋ ਜਾਂਦਾ ਕਿ ਲਾਈਕ ਮਹੀਨਾ ਮਹੀਨਾ ਹੋਇਆ ਵਿਆਹ ਹੋਇਆ ਨੂੰ ਤੇ ਮੁੜ ਕੇ ਡਿਵੋਰਸ ਮਹੀਨੇ ਚ ਤੇ ਤੁਸੀਂ ਪੂਰਾ ਲਾਈਕ ਵਲੌਗ ਸ਼ੂਟ ਕੀਤੇ ਹੁੰਦੇ ਨੇ ਤੇ ਇਦਾਂ ਤੇ ਮੁੜ ਕੇ ਇਕੋ ਬੈਠਾ ਤੇ ਕਈ ਇਧਰ ਬੈਠੇ ਨੇ ਕਈ ਤੇ ਸੁਣਿਆ ਵਿਆਹ ਵੀ ਅੱਜਕੱਲ ਰੀਲਾਂ ਲਈ ਕਰਾਂਦੇ ਕਿਉਂਕਿ ਕਪਲਸ ਵਾਲੀ ਇੰਗੇਜਮੈਂਟ ਵਧੀਆ ਹੁੰਦੀ ਹੈ। ਕਪਲ ਗੋਲ ਓ ਮਾਈ ਗੋਡ ਕਪਲ ਗੋਲ ਸਹੀ ਗੱਲ ਆ ਯਾਰ। ਉਹ ਇੰਗੇਜਮੈਂਟ ਅੱਛੀ ਆ ਜਾਂਦੀ ਹੈ ਨਾ। ਅਣਾ ਸੋਨੇ ਸੋਨੇ ਗਾਣੇ ਲਾ ਕੇ। ਜਿਵੇਂ ਮੈਂ ਥੋੜੇ ਦਿਨ ਪਹਿਲਾਂ ਇੱਕ ਰੀਲ ਦੇਖ ਰਿਹਾ ਤੇ ਇੱਕ ਮੁੰਡਾ ਕਹਿੰਦਾ ਵੀ ਅੱਜਕੱਲ ਲੋਕ ਇੱਕ 파ਟਨਰ ਨਹੀਂ ਲੱਭ ਰਹੇ ਉਹ ਬਸ ਇੱਕ ਇਦਾਂ ਦਾ ਬੰਦਾ ਲੱਭ ਰਿਹਾ ਕਿ ਜਿਹਦੇ ਨਾਲ ਇੰਗੇਜਮੈਂਟ ਮੇਰੀ ਵਧੀਆ ਆ ਜਾਏਗੀ ਇੱਕ ਆਬਜੈਕਟ ਲੱਭ ਰਿਹਾ ਕਿ ਜਿਹੜਾ ਲੋਕਾਂ ਨੂੰ ਪਸੰਦ ਆਉਣਾ ਚਾਹੀ ਨੀ ਉਹ ਪਾਰਟਨਰ ਲੱਭ ਰਹੇ ਉਹ ਲੋਕਾਂ ਦੀ ਲੱਭ ਰਹੇ ਯਾਰ ਸੋਸ਼ਲ ਮੀਡੀਆ ਐਕਚੁਅਲੀ ਹੈ ਹੀ ਫੇਕ ਆ ਠੀਕ ਹੈ ਉੱਥੇ ਤੋਂ ਇਹ ਵੇਖਿਆ ਜਾਏ ਤੇ ਤੁਸੀਂ ਸਿਰਫ ਤੁਸੀਂ ਆਪ ਦੀ ਗੁੱਡ ਸਾਈਡ ਵਿਖਾਉਂਦੇ ਹੋ ਨਾ ਕਿ ਹੁਣ ਮੈਂ ਰੋ ਰਹੀ ਆ ਜਾਂ ਮੈਂ ਅੰਦਰੋਂ ਪਰੇਸ਼ਾਨ ਆ ਉਹ ਥੋੜੀ ਵਿਖਾਓਗੇ ਕਿ ਨਹੀਂ ਉਹ ਟੂਡੇ ਆਮ ਕਰਾਇੰਗ ਨੋ ਬਸ ਭਾਵੇਂ ਰੋ ਰ ਆ ਕੇ 5 ਮਿੰਟ ਬਾਅਦ ਹੀ ਮੇਕਅਪ ਥੱਪ ਕੇ ਜਾਂ ਸੈੱਟ ਹੋ ਗਏ ਜੋ ਵੀ ਹੈ ਉਸ ਤੋਂ ਬਾਅਦ ਕਿ ਹਾਂ ਮੈਂ ਬਹੁਤ ਖੁਸ਼ ਹਾਂ ਦੇਖੋ ਮੈਂ ਇੱਥੇ ਡਿਨਰ ਕਰ ਰਹੀ ਆ ਜਾਂ ਕਰ ਰਿਆ ਵਾਂ ਇੱਥੇ ਬੈਠਾ ਹਾਂ ਬੈਠੀ ਆ ਹਨਾ ਲਾਈਕ ਤੁਸੀਂ ਗੁੱਡ ਸਾਈਡ ਸ਼ੋ ਕਰਦੇ ਹੋ ਪਰ ਹਿਊਮਨਸ ਤੇ ਬ ਪਰ ਆਪਾਂ ਤੇ ਆਲਵੇਜ਼ ਗੁੱਡੀ ਸ਼ੋ ਕੀਤਾ ਨਾ ਲਕਜ਼ਰੀਅਸ ਆਇਆ ਮੇਰੇ ਕੋ ਆਇਆ ਅਹੀਂ ਐ ਕਰਦਾਂਗੇ ਇਹ ਗੱਡੀ ਇਹ ਉਹ ਨਹੀਂ ਮੇਰੀ ਨੀ ਮੇਰੀ ਖੋਲ ਕੇ ਵੀ ਮੈਂ ਗੁੱਡ ਸਾਈਡ ਨਹੀਂ ਬੈਡ ਸਾਈਡ ਦੀ ਗੱਲ ਕਰ ਰਹੀ ਕਿ ਜੇ ਨਹੀਂ ਮੈਂ ਐਕਚੁਅਲੀ ਮੈਂ ਵੀ ਇਦਾਂ ਦੀ ਨਹੀਂ ਹੈਗੀ ਮੈਂ ਵੀ ਬਸ ਅਸਮਾਈਲ ਵਾਲੀ ਪਾਉਂਦੀ ਰਹਿਨੀ ਆ ਦੈਟਸ ਇਟ ਮੈਨੂੰ ਵੈਸੇ ਵੀ ਰੋਣਾ ਟੋਣਾ ਥੋੜਾ ਘੱਟ ਹੀ ਪਸਦਾ ਮੈਂ ਤਾਂ ਕਦੀ ਐਕਟ ਕਰਕੇ ਵੀ ਨਹੀਂ ਪਾ ਸਕਦੀ ਉਹਦੇ ਤੇ ਕਿ ਮੈਂ ਰੋ ਰਹੀ ਆ ਤੇ ਮੇਰੇ ਅੱਖਾਂ 'ਚ ਹੰਝੂ ਨੇ ਨਹੀਂ ਮਤਲਬ ਠੀਕ ਆ ਹੈ ਤਾਂ ਮੈਂ ਵੀ ਯਾਰ ਮੈਂ ਇਸ ਹਾਰੀ ਫੇਕ ਨੇ ਮਤਲਬ ਕੀ ਵਿਖਾਉਂਦਾ ਉਥੇ ਬੰਦਾ ਕਿ ਬਸ ਠੀਕ ਆ ਇਥੇ ਸ਼ੋਅ ਲਾਉਂਦੇ ਆ ਇਥੇ ਆ ਕਰਦੇ ਆ ਇਥੇ ਮੈਂ ਐਕਟ ਕਰ ਰਹੀ ਆ ਇਥੇ ਮੇਰਾ ਆ ਚੱਲੰਦੇ ਆ ਕੰਮ ਤੇ ਬਸ ਦੈਟਸ ਇਟ ਸਫੇਗਾ ਕਿਹਦੇ ਪ੍ਰੋਸਸਾਂ ਨਾ ਕਰੇ ਕਰੋ ਇਹ ਹੁਣ ਤੁਸੀਂ ਆਪਣੇ ਪੈਰਾਂ ਤੇ ਆਪ ਹੀ ਕੋਈ ਚੱਕ ਨਹੀਂ ਵੱਜਿਆ ਬਈ ਇਟਸ ਓਕੇ ਟੋਟਲੀ ਫਾਈਨ ਹੈ ਹੀ ਫੇਗਾ ਤੁਸੀਂ ਐਗਰੀ ਨਹੀਂ ਕਰਦੇ ਬਿਲਕੁਲ ਤੇ ਬਸ ਤਿਹ ਵੀ ਤੇ ਇੱਕ ਹਿਊਮਨ ਨੇਚਰ ਆਇਆ ਨਾਰਮਲ ਜੀ ਗੱਲ ਆ ਸਾਨੂੰ ਹੁੰਦਾ ਕਿ ਠੀਕ ਆ ਚਾ ਆ ਜਿੱਤੇ ਐਪੋਰਟ ਤੇ ਆ ਚਾ ਸਟਾਰਬਕ ਦੀ ਕਾਫੀ ਪੀ ਰਹੇ ਆ ਬਖਾ ਚਾ ਤੁਹਾਡੇ ਵਰਗਾ ਕੋਈ ਕੋਈ ਬਖਾਉਂਦਾ ਹਮ ਕੀ ਆ ਵੇਖੋ ਤੇ ਮੇਜਰਲੀ ਜਿਹੜੇ ਮੈਨੂੰ ਫੋਲੋ ਕਰਦੇ ਨੇ ਪਤਾ ਇਹਨੂੰ ਚਾਹ ਪਸੰਦ ਆ ਬਹੁਤ ਮਤਲਬ ਮੇਰਾ ਮੈਂ ਟਰਾਈ ਕਰਦੇ ਕਿ ਮੈਂ ਨੇਚਰਲੀ ਜਿੰਨੀ ਜਿੱਦਾਂ ਦੀ ਮੈਂ ਹੈਗੀ ਨਾ ਇਦਾਂ ਦੀ ਵੇਖੋ ਹਮ ਬੋਲਣ ਦਾ ਤਰੀਕਾ ਹਰ ਇੱਕ ਸੋ ਜੇ ਆਪਾਂ ਇੱਕ ਰਿਸ਼ਤੇ ਦੀ ਗੱਲ ਕਰੀਏ ਇੱਕ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤੁਹਾਡੇ ਹਿਸਾਬ ਨਾਲ ਉਹਦੇ ਵਿੱਚ ਸਭ ਤੋਂ ਵੱਡਾ ਰੈੱਡ ਫਲੈਗ ਕੀ ਹੈ ਕਿ ਆ ਚੀਜ਼ ਨਹੀਂ ਹੋਣੀ ਚਾ ਇਕ ਰਿਸ਼ਤਾ ਹੀ ਕੀਆ ਕੀਤਾ ਹੁੰਦਾ ਇੱਕ ਇੱਕ ਉਹ ਨਾ ਝੂਠ ਸੱਚ ਦੀ ਉਹ ਜਿਹੜੀ ਹੁੰਦੀ ਹੈ ਜੋ ਵੀ ਐਨੀ ਤੇ ਮੈਂ ਸਿਆਣੀ ਨਹੀਂ ਹੈਗੀ ਜਿੰਨੀ ਮੈਨੂੰ ਸਿਆਣੀ ਗੱਲ ਪੁੱਛ ਲਈਏ ਵੈਸੇ ਪਰ ਫਿਰ ਵੀ ਮੈਂ ਦੱਸ ਦੇਣੀ ਆ ਕਿ ਮੈਨੂੰ ਜੋ ਪਰਸਨਲੀ ਮੈਂ ਮੇਰੀ ਗੱਲ ਸੁਣੋ ਹਨਾ ਕਿ ਮੈਨੂੰ ਝੂਠ ਨਹੀਂ ਪਸੰਦ ਮਤਲਬ ਲਾਈਕ ਠੀਕ ਆ ਤੁਸੀਂ ਇਹ ਪਤਾ ਅੱਜਕੱਲ ਤੇ ਵੈਸੇ ਵੀ ਰਿਲੇਸ਼ਨਸ਼ਿਪ ਕੋਈ ਵੀ ਲਾ ਲਓ ਫੈਮਿਲੀ ਨਾਲ ਲਾ ਲਓ ਭਰਾ ਨਾਲ ਲਾ ਲਓ ਭੈਣ ਨਾਲ ਲਾ ਲਓ ਵਾਈਫਰੰਡ ਨਾਲ ਲਾ ਲਓ ਜਿੰਨੇ ਤੇ ਉਹਨਾਂ ਖੁੱਲੇ ਮਾਈਂਡ ਦੇ ਲੋਕ ਹੋਗੇ ਨਾ ਤਾਂ ਸਾਰੇ ਗੱਲ ਸ਼ੇਅਰ ਕਰ ਸਕਦੇ ਪਰ ਜਦੋਂ ਝੂਠ ਆਉਂਦਾ ਕਿਸੇ ਵੀ ਚੀਜ਼ 'ਚ ਉੱਥੇ ਖਰਾਬ ਹੋ ਜਾਂਦਾ ਕੰਮ ਝੂਠ ਕਿੰਨਾ ਚਿਰ ਟਿਕ ਜੂਗਾ ਮਹੀਨਾ ਦੋ ਮਹੀਨਾ ਸਾਲ ਡੇਢ ਸਾਲ ਦੋ ਸਾਲ ਚਾਰ ਸਾਲ ਪੰਜ ਸਾਲ ਆਫਟਰ 댓 ਉਹ ਸਾਹਮਣੇ ਤਾਂ ਆਉਣਾ ਹੀ ਆਉਣਾ ਹੈ ਹੈਨਾ ਤੁਹਾਡੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਬਸ ਝੂਠ ਨਾ ਬੋਲੋ ਬਾਕੀ ਤੇ ਤੁਹਾਡੀ ਅੰਡਰਸਟੈਂਡਿੰਗ ਹੋਵੇ ਤੇ ਬਸ ਝੂਠ ਦੇ ਨਾਲ ਜਿੱਥੇ ਝੂਠ ਨਹੀਂ ਉੱਥੇ ਅੰਡਰਸਟੈਂਡਿੰਗ ਆਟੋਮੈਟਿਕਲੀ ਹੋਊਗੀ ਰਾਈਟ ਬਸ ਐਂ ਤੁਹਾਡੇ ਲਈ ਇੱਕ ਆਈਡੀਅਲ ਰਿਲੇਸ਼ਨਸ਼ਿਪ ਕਿਦਾਂ ਦਾ ਹੋਏਗਾ ਝੂਠ ਵਾਲਾ ਐਂਗਲ ਆਪ ਪਾਸੇ ਕਰ ਦਿੰਨੇ ਸਿਆਣਾ ਜਿਹਾ ਹੋਵੇ ਮੁੰਡਾ ਹੋਰ ਕੀ ਮਤਲਬ ਹੈਨਾ ਫ ਲਾਈਕ ਜਿੱਦਾਂ ਮੈਨੂੰ ਮੈਨੂੰ ਬੋਰਿੰਗ ਪਰਸਨ ਨਹੀਂ ਪਸੰਦ ਜਿਵੇਂ ਮੈਂ ਥੋੜੀ ਐਂਟਰਟੇਨਿੰਗ ਹੋਣਾ ਚਾਹੀਦਾ ਹਾਂ ਮਤਲਬ ਜਿੱਦਾਂ ਦੀ ਮੈਂ ਜੀ ਲਵਾ ਕੇ ਰੱਖੇ ਮੇਰੀ ਮੰਮੀ ਵੀ ਆ ਜਾਂਦੀ ਏ ਜੀ ਲਵਾ ਕੇ ਰੱਖੇ ਕੋਈ ਚਾਰ ਬੰਦੇ ਬੈਠੇ ਨੇ ਉਹਨੂੰ ਸੋਣਾ ਨਾ ਸਿਆਣੀਆਂ ਗੱਲਾਂ ਕਰੇ ਹਨ ਤੇ ਬੱਚਿਆਂ ਨਾਲ ਬੱਚਿਆਂ ਵਰਗਾ ਤੇ ਵੱਡਿਆਂ ਨਾਲ ਵੱਡਿਆਂ ਵਰਗਾ ਉਹਦਾ ਕਿਉਂਕਿ ਮੈਨੂੰ ਇਦਾਂ ਦਾ ਹੀ ਵਧੀਆ ਲੱਗਦਾ ਆ ਨਹੀਂ ਕਿ ਆ ਕੇ ਬਿਠਾ ਬੋਤ ਵਾਂਗੂ ਤੇ ਬਸ ਬਿਠਾ ਹੀ ਹੈ ਕਿ ਮੁੜ ਕੇ ਕੋਈ ਹੈ ਨਹੀਂ ਲੈਣਾ ਦੇਣਾ ਨਹੀਂ ਉਹ ਨਹੀਂ ਉਹ ਮਤਲਬ ਸਾਰਿਆਂ 'ਚ ਕੋੜ ਮਿਲ ਜਾਏ ਹਾਂ ਮਤਲਬ ਹੱਸਦਾ ਕਿਦਾਂ ਸਾਰੇ ਪਸੰਦ ਕਰਨ ਵਧੀਆ ਸਿਆਣਾ ਹੋਵੇ ਸਪੈਸ਼ਲੀ ਕਿਉਂਕਿ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ ਸਿਆਣੇ ਲੋਕੀ ਘਾਟ ਹੀ ਰਹਿ ਗਏ ਨੇ ਮੈਨੂੰ ਤੇ ਘਾਟ ਹੀ ਟੱਕਰੇ ਨਹੀਂ ਮੈਂ ਤਾਂ ਨਵੇਂ ਆਖਾਂ ਹੋਈ ਬੋਂਦਲੇ ਜੇ ਪਤਾ ਹੀ ਨਹੀਂ ਲੱਗਦਾ ਪਹਿਲਾਂ ਉਹ ਕੁਝ ਹੋਰ ਹੁੰਦੇ ਆ ਬਾਅਦ ਵਿੱਚ ਹੋਰ ਬਣ ਜਾਂਦੇ ਹਾਂ ਮਤਲਬ ਉਹ ਨਿਆਣ ਮਤ ਤੇ ਬਿਲਕੁਲ ਮੇਰੀ ਤੇ ਡਿਕਸ਼ਨਰੀ ਚ ਨਹੀਂ ਆਉਂਦੇ ਮਤਲਬ ਮੇਰੇ ਤੋਂ 10 ਸਾਲ ਵੱਡੇ ਵੀ ਚੱਲ ਜਾਣਗੇ ਪਰ ਸਿਆਣੇ ਹੋਣ ਲਾਈਕ ਆਪਣਾ ਹਾਂ ਤੇ ਮੈਨੂੰ ਬਿਲਕੁਲ ਨਹੀਂ ਪਸੰਦ 21 22 ਸਾਲ ਤੇ ਕੋਈ ਨਹੀਂ ਅਕਲ ਹੁੰਦੀ ਬਿਲਕੁਲ ਉਹਨਾਂ ਨੂੰ ਬਟ ਯੋਰ ਆਪਣ ਵਧੀਆ ਸਮਝਦਾਰ ਗੁੱਡ ਫੈਮਿਲੀ ਨਹੀਂ ਪਰ ਫਿਰ ਉਹਦੀ ਵੀ ਤੇ ਇਦਾਂ ਦੀ ਡਿਮਾਂਡ ਹੋ ਸਕਦੀ ਹੈ ਨਾ ਕਿ ਮੈਨੂੰ ਵੀ ਫਿਰ ਸਿਆਣਾ ਹੀ ਅਗਲਾ ਤੇ ਫਿਰ ਡਿਮਾਂਡ ਤੇ ਲੱਭ ਲੋ ਗੱਡੀ ਲੋ ਇੱਡੇ ਲੋ ਕਿ ਕਿਹੜੇ ਇੱਕੀ ਕੁੜੀ ਰਹਿ ਗਈ ਸੋ ਮਚਿਉਰਿਟੀ ਹੋਣੀ ਚਾਹੀਦੀ ਹੈ ਮਚਿਉਰਿਟੀ ਤਾਂ ਦੇਖ ਨਾ ਬਿਨਾ ਮਚਿਉਰਿਟੀ ਤੋਂ ਤੇ ਗੱਲ ਨਹੀਂ ਬਣਦੀ ਪਾਗਲਾ ਹੋਵੇ ਜਾਂ ਸਿਆਣਾ ਵਧੀਆ ਪਰਸਨੈਲਿਟੀ ਹੋਵੇ ਵਧੀਆ ਗੱਲਾਂ ਕਰੇ ਵਧੀਆ ਗੱਲਾਂ ਕਰ ਰਹੀ ਹੈ ਸੋ ਹੁਣ ਅੱਗੇ ਇੱਕ ਅਲਟੀਮੇਟ ਟ੍ਰਾਂਜੀਸ਼ਨ ਜਿਹੜੀ ਫੀਮੇਲ ਐਕਟਰ ਗੀਤਾਂ ਚ ਜੋ ਕੰਮ ਕਰਦੇ ਨੇ ਉਹਨਾਂ ਦੀ ਹੁੰਦੀ ਹੈ ਕਿ ਗੀਤਾਂ ਤੋਂ ਫਿਲਮਾਂ ਵੱਲ ਆਉਣਾ ਹੁੰਦਾ ਸੋ ਤੁਸੀਂ ਵੀ ਹੁਣ ਕੁਝ ਫਿਲਮਾਂ ਚ ਨਜ਼ਰ ਆਣ ਵਾਲੇ ਹੋ ਛੇਤੀ ਛੇਤੀ ਸੋ ਦਰਸ਼ਕਾਂ ਨਾਲ ਕੁਝ ਨਹੀਂ ਹੁਣ ਸਾਰੀਆਂ ਚ ਆਵਾਂਗੇ ਛੇਤੀ ਛੇਤੀ ਨਹੀਂ ਬਾਕੀ ਐਕਚੁਅਲੀ ਨਾ ਮੈਂ ਤੁਹਾਨੂੰ ਐਵੇਂ ਆਖੜ ਸਾਲ ਡੇਢ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮੇਰਾ ਗਾਣਿਆਂ ਚ ਗਰੋ ਹੋ ਗਿਆ ਨਾ ਕੰਮ ਉਦੋਂ ਤੋਂ ਹੀ ਮੈਨੂੰ ਬੜੇ ਕੁਐਸਚਨ ਆਉਣ ਲੱਗੇ ਕਿ ਤੁਸੀਂ ਮੂਵੀ ਕਰੋ ਹਣਾ ਮੂਵੀਜ਼ ਕਰੋ ਮੈਂ ਕੋਈ ਨਾ ਕਰਾਂਗੇ ਹਣਾ ਥੋੜਾ ਜਿਹਾ ਮੈਨੂੰ ਆਇਆ ਸੀ ਕਿ ਥੋੜਾ ਜਿਹਾ ਹੋਰ ਕਰ ਲਵਾਂ ਕੰਮ ਇੱਥੇ ਗਾਣਿਆਂ ਚ ਵ ਫਿਰ ਜਦੋਂ ਉਹ ਮੂਵੀ ਆਈ ਮੇਰਕੋ ਇੱਟਾਂ ਦਾ ਕਰਤੇ ਆ ਦੂਜੀ ਸ਼ੁਕਰਾਨਾ ਤੇ ਮੈਨੂੰ ਇਹ ਸੀ ਕਿ ਕਿ ਲੈਟਸ ਡੂ ਇਟ ਰਾਈਟ ਹੈਨਾ ਕਿਉਂਕਿ ਇੱਟਾਂ ਦਾ ਘਰ ਦੀ ਸਟੋਰੀ ਬਹੁਤ ਸੋਹਣੀ ਆ ਮਤਲਬ ਉਹ ਇਮੋਸ਼ਨਲ ਆ ਬਿਲਕੁਲ ਸਟੋਰੀ ਕੋਸ਼ੋ ਕੋਗੀ ਸਰਨੇ ਹੁੰਦੇ ਹੈਨਾ ਤੇ ਆਪਾਂ ਉਹਨਾਂ ਦੀ ਅਰਦਾਸ ਇਨੋਲ ਸਭ ਤੋਂ ਮੇਰੀ ਮੰਮੀ ਦੇ ਲਾਈਕ ਫੈਮਿਲੀ ਦੇ ਫੇਵਰਿਟ ਨੇ ਮੰਮੀ ਵਾਲੀ ਜਾਤ ਹੈ ਮੰਮੀ ਮੇਰੀ ਵੜੈਚ ਨੇ ਉਹ ਵੀ ਵੜੈਚ ਨੇ ਥੋੜਾ ਉਹ ਸਰਨੇਮ ਦਾ ਵੀ ਹੁੰਦਾ ਹੈਨਾ ਤੇ ਮੰਮੀ ਵਾਸ ਲਾਈਕ ਤੂੰ ਕਰ ਲੈ ਮੰਮੀ ਮੇਰੀ ਗਰਾਈ ਹੈ ਤੁਸੀਂ ਵੀ ਗਰਾਓ ਤਾਡੀ ਮੰਮੀ ਗਰਾਈ? ਓ ਸੀਰੀਅਸਲੀ? ਯਾ। ਹਮ ਤਾਂ ਸਿਆ ਤਾਂ ਹੀ ਨਾਈਸ ਬਹੁਤ ਵਧੀਆ ਲੱਗਿਆ ਫਿਰ ਤੇ ਗਰਾਈ। ਤੇ ਗਰਾਈ ਗਰਾਈ ਨਹੀਂ ਹੰਚਾ ਲੈਣਾ। ਤੇ ਫਸੋ ਚੀਜ਼ਾਂ ਵਧੀਆ ਹੀ ਤੇ ਉਦਾਂ ਗਰਾਈ ਵੀ ਰਿਲੀਵਰ ਲਈ ਹੁੰਦੇ ਬਹੁਤ ਕਰਤ ਹੁੰਦੇ ਆ। ਵੀ ਰਿਲੀਵਰੇ ਮਿਲਾਂ ਤਾਂ ਜ਼ਿਆਦਾ ਪਾਕਿਸਤਾਨ ਤੇ ਤੁਸੀਂ ਉਧਰ ਦੀ ਆਏ ਹੋ ਕੀ ਇੱਥੇ ਹੀ ਆ? ਤੁਹਾਡੀ ਮੰਮੀ ਪਾਕਿਸਤਾਨ ਤੋਂ ਹੀ ਆਏ ਆ। ਲਾਹਰੀਏ ਨਹੀਂ ਕਿਉਂਕਿ ਐਸੀ ਵੀ ਉਧਰ ਦੀ ਆ। ਹਮ ਨਹੀਂ ਉਹ ਲਾਹਰੀਏ ਨਹੀਂ ਹੈਗੇ। ਉਦਾਂ ਮਤਲਬ ਆਏ ਤਾਂ ਪਾਕਿਸਤਾਨਿਕ ਹੋਣਗੇ ਕਿਤੋਂ? ਓਕੇ 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 ਓਕੇ। ਤੇ ਆਪਾਂ ਕੀ ਗੱਲ ਕਰਦੇ ਹਾਂ ਫਿਲਮਾਂ ਦੀ ਆਪਾਂ ਗੱਲ ਕਰ ਰਹੇ ਸੀ ਸੋ ਕਦੇ ਦਿਮਾਗ 'ਚ ਐਦਾਂ ਦਾ ਨਹੀਂ ਸੀ ਵੀ ਜਦੋਂ ਵੀ ਫਿਲਮ ਕਰਾਂਗੀ ਤੇ ਫਿਰ ਲੀਡ 'ਚ ਹੀ ਹੋਣੀ ਚਾਹੀਦੀ ਹੈ ਨਹੀਂ ਐਦਾਂ ਕੋਈ ਨਹੀਂ ਹੁੰਦਾ ਯਾਰ ਪਤਾ ਕੀ ਹੁੰਦਾ ਲੀਡ ਦਾ ਮਤਲਬ ਠੀਕ ਆ ਹਰ ਇੱਕ ਕੋਈ ਚਾਹੁੰਦਾ ਤੇ ਹੈ ਕਿ ਮੈਂ ਹੀ ਕੈਮਰੇ ਦੇ ਵਿੱਚ ਰਵਾਂ ਜਾਂ ਕੈਮਰਾ ਮੇਰੇ ਤੇ ਰਹੇ ਬਸ 24 ਘੰਟੇ ਪਰ ਨਾਲ ਕੋਈ ਦੂਜਾ ਨਾ ਦੇਖਾ ਦੂਜਾ ਕੋਈ ਨਾ ਮੈਨੂੰ ਹੀ ਸਾਰੀ ਸਕਰੀਨ ਸਪੇਸ ਮਿਲੇ ਬਟ ਐਕਚੁਅਲੀ ਕੀ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਹਨਾ ਹੁਣ ਜਿਵੇਂ ਮੈਂ ਆ ਮੈਨੂੰ ਮੈਂ ਕੋਈ ਥੀਏਟਰ ਨਹੀਂ ਕੀਤਾ ਨਾਥਿੰਗ ਹਨਾ ਜਸਟ ਟੋਮੀ ਸ਼ੌਂਕ ਸੀ ਕੀਤਾ ਤੇ ਆ ਗਏ ਹਮਮ ਨਾ ਮਤ ਜਿੰਨਾ ਕਿ ਕੀਤਾ ਹਨਾ ਉਸ ਤੋਂ ਬਾਅਦ ਤੁਸੀਂ ਸਿੱਧਾ ਮੂਵੀ ਵੱਲ ਸ਼ਿਫਟ ਕਰ ਰਹੇ ਹੋ ਉਸ ਤੋਂ ਬਾਅਦ ਉੱਥੇ ਹੈਵੀ ਲਾਈਕ ਤੁਹਾਡੇ ਤੋਂ ਐਨੇ ਸੀਨੀਅਰ ਆਰਟਿਸਟ ਨੇ ਰਾਈਟ ਤਾਂ ਤੁਸੀਂ ਸਾਰੀ ਮੂਵੀ ਦਾ ਮੈਨੂੰ ਨਹੀਂ ਲੱਗਦਾ ਮੇਰੇ ਜਿੱਤੇ ਨਹੀਂ ਆਗੇ ਮੈਂ ਇੱਕਦਮ ਬਰਡਨ ਚੁੱਕ ਲੈਂਦੀ ਹਣਾ ਦੂਜੀ ਗੱਲ ਇਹ ਆ ਕਿ ਮੈਂ ਕਦੇ ਸੈੱਟ ਵੀ ਨਹੀਂ ਵਿਜ਼ਿਟ ਕੀਤਾ ਹਨਾ ਮੂਵੀਜ਼ ਦਾ ਕਦੇ ਮੈਂ ਵੇਖਿਆ ਹੀ ਨਹੀਂ ਕਿੱਦਾਂ ਕਿਉਂਦੇ ਗਾਣੇ ਨੇ 노 ਡਾਊਟ ਕਿ ਕਿਤੇ ਵੀ ਖੜ ਕੇ ਯਾਰ ਇੱਥੇ ਕਰ ਲੋ ਮਤਲਬ ਇੰਨਾ ਜ਼ਿਆਦਾ ਕੰਫੀਡੈਂਸੀ ਮੈਂ ਮੈਨੂੰ ਇਹ ਲੱਗਦਾ ਮੈਂ ਦੂਜੇ ਹੀ ਨਰਵਸ ਹੋਈ ਹੋਊਂਗੀ ਜਦੋਂ ਮੈਂ ਮੂਵੀ ਦੇ ਸੈੱਟ ਤੇ ਜਾਣਾ ਹੈ ਮੇਰੇ ਹੱਥ ਪੈਰਾਂ ਉੱਤੋਂ ਠੰਡ ਬੜੀ ਉੱਤੋਂ ਮੇਰੇ ਹੱਥ ਗਾਣੇ ਦੇ ਸੈੱਟ ਤੇ ਤੇ ਨਹੀਂ ਸਨਾਂ ਕਦੇ ਨਿਕਤ ਦੇ ਵੀ ਨਹੀਂ ਫਰਸਟ ਗਾਣੇ 'ਚ ਵੀ ਨਹੀਂ ਨਰਵਸ ਸੀ ਮੈਂ ਅੱਗੇ ਗੱਲ ਕਰਾਂ ਆਪਦੀ ਟੀਮ ਨਾਲ ਮੈਂ ਹਾਂ ਯਾਰ ਮੈਨੂੰ ਬਹੁਤ ਨਰਵਸ ਨੇ ਸੋਰੀ ਮੈਨੂੰ ਇਹ ਨਾ ਨਿਸ਼ਾ ਮੈਮ ਨੇ ਕੁੱਗੀ ਸਾਰੇ ਸਾਰੇ ਨੇ ਹੋਏ ਲਾਈਕ ਜਿਨ੍ਹਾਂ ਨੂੰ ਟੀਵੀ 'ਚ ਵੇਖਿਆ ਬਚਪਨ ਤੋਂ ਹੀ ਹਨਾ ਤੇ ਉਹਨਾਂ ਨੇ ਕੰਮ ਕਰਨਾ ਅੱਜ ਤੇ ਮੈਨੂੰ ਬੜਾ ਹੋਵੇ ਪਰ ਉਹਨਾਂ ਨੇ ਬਹੁਤ ਗੁੱਡ ਜਿਹਾ ਮਾਹੌਲ ਦਿੱਤਾ ਸੋ ਵਧੀਆ ਹੀ ਸਭ ਕੁ ਮੈਨੂੰ ਇਹ ਸੀ ਕਿ ਇੱਕ ਛੋੜਾ ਜਿਹਾ ਕੈਰੈਕਟਰ ਵਿੱਚ ਮੈਨੂੰ ਸਮਝ ਆਦੇ ਸਾਰਾ ਕੁਝ ਕਿ ਕਿੱਦਾਂ ਆਣਾ ਕਿਵੇਂ ਡਾਇਲੋਗਸ ਬੋਲਨੇ ਨੇ ਕਿਵੇਂ ਸਭ ਕਰਨਾ ਇੱਕ ਵਾਰ ਦੇਖ ਲਾਂ ਸਾਰਿਆਂ ਨੂੰ ਹਾਂ ਤੇ ਬਸ ਉਹ ਹੋ ਗਿਆ ਦੂਜੀ ਮੂਵੀਜ਼ ਮੈਨੂੰ ਹੋਰ ਲੇਕ ਮੈਂ ਕੌਨਫिडेंट ਨਾ ਗਈ ਸਿੱਧੇ ਕਿ ਅੱਛਾ ਹਉ ਤਾਂ ਐਵੇਂ ਹੁੰਦਾ ਪਤਾ ਹੁੰਦਾ ਹਣਾ ਤੇ ਉਹ ਤੀਜੀ ਆਪਾਂ ਲੀਡ ਤੇ ਕਰ ਦਾਂਗੇ ਪਰ ਨੀਰੂ ਬਾਜਵਾ ਸਾਹਮਣੇ ਘਬਰਾਏ ਨਹੀਂ ਨਹੀਂ ਮੈਂ ਸਿੱਧਾ ਸਮੇਂ ਘਬराई ਨਹੀਂ ਮੈਨੂੰ ਮੈਨੂੰ ਨਾ ਉਹਨਾਂ ਦੀ ਵਾਈਬ ਉਹਨਾਂ ਦਾ ਔਰਾ ਹੁੰਦਾ ਨਾ ਕਿ ਜਿਵੇਂ ਚੁੱਪ ਕਰਕੇ ਉਹ ਪਹਿਲਾ ਸੀਨ ਹੀ ਮੇਰਾ ਐਵੇਂ ਸੀ ਉਹ ਇੱਥੇ ਬੈਠੇ ਨੇ ਆ ਵੀ ਤੁਹਾਡੀ ਕੁਰਸੀ ਵੀ ਦੂਰ ਆ ਲੱਗੇ ਹੀ ਬਿਲਕੁਲ ਹੀ ਮਤਲਬ ਇੱਥੇ ਬੈਠੇ ਮੈਂ ਇੱਥੇ ਬੈਠੀ ਆ ਇੱਥੇ ਜਾ ਸਰ ਮੈਂ ਸਾਰੀ ਫੈਮਲੀ ਨਾਲ ਬੀ ਬੀਨ ਸ਼ਰਮਾ ਸਰ ਤੇ ਅਮਰਿਤਮਾਨ ਸਰ ਸਾਰੇ ਮਤਲਬ ਜਿੰਨੇ ਵੀ ਸੀਨੀਅਰ ਆ ਰਹੇ ਰੁਪਿੰਦਰ ਰੂਪੀ ਮੈਮ ਅ ਹਰਬਿਸੰਗਾ ਸਰ ਠੀਕ ਹੈ ਸਭ ਬੈਠੇ ਸੀਗੇ ਤੇ ਪਹਿਲਾ ਸੀਨ ਹੀ ਮੇਰਾ ਐਵੇਂ ਸੀਗਾ ਫੈਮਲੀ ਨਾਲ ਦੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਸਾਰਿਆਂ ਨੂੰ ਦੇਖ ਰਹੀਆਂ ਸਾਰੇ ਆਪਣੇ ਆਪਣੇ ਡਾਇਲੌਗ ਚ ਮਸਤ ਨੇ ਹਣਾ ਮਤਲਬ ਪੂਰੀ ਰਿਹਰਸਲ ਚੱਲ ਰਹੀ ਏ ਮਤਲਬ ਜਿਵੇਂ ਸਕੂਲ ਚ ਜਿਵੇਂ ਹੁੰਦੇ ਨਾ ਉਹਨਾਂ ਉਹੀ ਮਾਹੌਲ ਹੁੰਦਾ ਬਹੁਤ ਮਜ਼ਾ ਆਇਆ ਤੇ ਮੈਂ ਕਹਿਆ ਯਾਰ ਇਹ ਗੁੱਡ ਆ ਤਾਈ ਉਸ ਤੋਂ ਬਾਅਦ ਜਦੋਂ ਮੈਂ ਮੂਵੀ ਕੀਤੀਆਂ ਮੈਨੂੰ ਥੋੜਾ ਨਾ ਜ਼ਿਆਦਾ ਹੋ ਗਿਆ ਮੈਂ ਹੈ ਗਾਣੇ ਹੁਣ ਮੈਂ ਮਤਲਬ ਨੋ ਡਾਊਟ ਗਾਣੇ ਮੇਰਾ ਪਹਿਲਾ ਪਿਆਰ ਨੇ ਮੈਂ ਐਵੇਂ ਆਖਾ ਮੈਨੂੰ ਬਹੁਤ ਵਧੀਆ ਲੱਗਦਾ ਕਰਾਂਗੀ ਪਰ ਜ਼ਿਆਦਾ ਹੁਣ ਮੇਰਾ ਧਿਆਨ ਮੂਵੀਆਂ ਵੱਲ ਲੱਗ ਗਿਆ ਇਹ ਰੀ ਚੀਜ਼ ਵਧੀਆ ਆ ਮਤਲਬ ਜੀ ਲੱਗਦਾ ਫੈਮ ਇੰਟਰੈਕਸ਼ਨ ਸਾਰੇ ਨਾਲ ਹੋਣ ਲੱਗ ਗਈ ਹਨਾ ਕੀ ਮਤਲਬ ਸਾਰੇ ਇੱਕ ਦੂਜੇ ਨਾਲ ਬੋਲਦੇ ਨੇ ਕੋਈ ਲੈਂਗੁਏਜ ਕਰਕੇ ਬੜਾ ਮੈਨੂੰ ਕਰਦੇ ਨੇ ਸਾਰੇ ਕੀ ਆ ਤੇਰੀ ਲੈਂਗੁਏਜ ਬੜੀ ਸੋਹਣੀ ਹੈ ਸੋ ਮਜ਼ਾ ਆ ਸੋ ਗੀਤਾਂ ਵਿੱਚ ਤਾਂ ਆਉਣ ਜਾਣੀ ਹੁੰਦਾ ਐਂਡ ਫਿਲਮਾਂ ਵਿੱਚ ਤਾਂ ਫਿਰ ਉੱਥੇ ਪ੍ਰੋਪਰ ਕਾਰੀ ਬਣ ਜਾਂਦਾ ਪ੍ਰੋਪਰ ਕਾਰਾ ਨਾ 25 30 40 ਦਿਨ 45 ਦਿਨ ਇਹਨੇ ਦੇ ਦਿੰਦਾ ਸੈੱਟ ਹੁੰਦਾ ਤੇ ਤੁਸੀਂ ਆਉਂਦੇ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆਉਣਾ ਤੇ ਡੇਲੀ ਸਕੂਲ ਵਾਲਾ ਸਿਸਟਮ ਰੁਟੀਨ ਜਿਹਾ ਬਣ ਜਾਂਦਾ ਵਧੀਆ ਐ ਮਤਲਬ ਯਾਰ ਗੁੱਡ ਸੋ ਜਿਹੜੀਆਂ ਵੀ ਉਮੀਦਾਂ ਤੁਸੀਂ ਲਾਈਆਂ ਨੇ ਇਨ੍ਹਾਂ ਫਿਲਮਾਂ ਤੋਂ ਤੇ ਆਉਣ ਵਾਲੇ ਗੀਤਾਂ ਤੋਂ ਅਸੀਂ ਚਾਹਾਂਗੇ ਵੀ ਸਾਰੀਆਂ ਪੂਰੀਆਂ ਹੋਣ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਥੈਂਕ ਯੂ ਵੈਰੀ ਮਚ ਥੈਂਕ ਯੂ ਸਸ੍ਰੀ ਕਾਜ਼ੀ ਤੁਸੀਂ ਇਹ ਦੀਦ ਗ੍ਰਾਇਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਜੇ ਤੁਹਾਨੂੰ ਵੀ ਸਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਹੋਣ ਤੇ ਸਰਦਾਰ ਸਟੇਕ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮਚ